ਸਾਜੀ ਸੁਣ ਕੇ ਚੱਲ ਸਵਾਗਤ ਤੁਹਾਡੇ ਗੱਲਾਂ ਬਾਤਾਂ ਦੇ ਰੋਮਾਂਚਿਕ ਹਿਮਾਨੂ ਸੀਰੀਜ਼ ਦੇ ਵਿੱਚ ਕੁਐਸਚਨ ਆਨਸਰ ਵਲੋਗ ਪਾਸਟ ਕਰੰਟ ਰਿਲੇਸ਼ਨਸ਼ਿਪ ਨਹੀਂ ਪੁੱਛਣ ਵਾਲਾ ਹੋਵੇ ਤੇਰਾ ਪਾਸਟ ਪਾਉਣਾ ਜ਼ਰੂਰੀ ਸੀ ਜੋ ਤੁਹਾਨੂੰ ਪਤਾ ਉਹਨੇ ਟੈਟੂ ਰਿਮੂਵ ਕਰਾ ਲਿਆ ਹੁਣ ਤੂੰ ਆਪਦੇ ਰਾਹ ਉਹਦੇ ਰਾਹ ਆਪਦੇ ਰਾਹ ਦੱਸ ਅਬਰੋਡ ਪਲੈਨਸ ਓ ਮਾਈ ਗੋਡ ਇਹ ਜਹਾਜ਼ ਤਾਂ ਪਹਿਲਾਂ ਹੀ ਲੈਂਡ ਹੋਈ ਜਾਂਦਾ ਤਾਂ ਨੂੰ ਉਡਾਉਣਾ ਸੀ ਤੂੰ ਥਾਂ ਨੂੰ ਹਿਮਾਨੀ ਕਰਾਉਣਾ ਵਲੋਗਸ ਅਬਰੋਡ ਪਲੈਨਸ ਨਾ ਅਬਰੋਡ ਨਾ ਆਈ ਹਿਮਾਨੀ ਬਹੁਤ ਔਖਾ ਸੱਚੀ ਬਹੁਤ ਔਖਾ ਅਬਰੋਡ ਪਲੈਨਸ ਤਾਂ ਥੋੜ੍ਹਾ ਕੁ ਟਾਈਮ ਨਾ ਕੀਤੇ ਜਾਂ 2-3 ਸਾਲ ਨਾ ਕੀਤੇ ਬਾਅਦ 'ਚੋਂ ਫਿਰ ਕਹਿੰਦੇ ਕੈਨੇਡਾ ਦੀ ਲਹਿਰ ਵਧੀਆ ਸ਼ੁਰੂ ਹੋ ਜੂਗੀ 2026-27 'ਚ ਮੈਂ ਕਿਸੇ ਕੋਲ ਇਹ ਵੀ ਸੁਣਿਆ ਸੀ ਕਿ 2024-25-26-27 ਚਾਰ ਸਾਲ ਬਹੁਤ ਮਾੜੇ ਸਾਬਿਤ ਹੋਣਗੇ ਹਰੇਕ ਬੰਦੇ ਲਈ ਸਾਲ ਕਹਿੰਦੇ ਕਹਿੰਦੇ ਜਿੰਨਾ ਤੁਸੀਂ ਬਾਬੇ ਦਾ ਨਾਂ ਜਪਣਾ ਜਿੰਨਾ ਨਾਂ ਲੈਣਾ ਰੱਬ ਦਾ ਲੈ ਲਓ ਕਹਿੰਦੇ ਇਹ ਹਰੇਕ ਲਈ ਦੁੱਖਾਂ ਭਰੇ ਸਾਲ ਹੈ ਪਤਾ ਨਹੀਂ ਕਿਉਂ ਮੈਂ ਸੁਣੀ ਸੀ ਕਿਤੋਂ ਪਤਾ ਨਹੀਂ ਮੈਨੂੰ ਰੀਲਾਂ ਵਾਲਾ ਦੌਰ ਹੈ ਰੀਲਾਂ 'ਤੇ ਸੁਣੀ ਹੋਣੀ ਹੈ ਅੱਛਾ ਤੈਨੂੰ ਪਾਸਟ ਦੀ ਗੱਲ ਕਰਨ ਦੀ ਕੀ ਲੋੜ ਹੈ ਕੀ ਹੰਝੂ ਲਾਤਾ ਪਾਸਟ ਨਾਲ ਕੀ ਹੁਣ ਟੈਟੂ ਰਿਮੂਵ ਕਰਾ ਲਿਆ ਤਾਂ ਤੈਨੂੰ ਹੋਇਆ ਓ ਮਾਈ ਗਾਡ ਆਓ ਕ੍ਰਿਸਪੀ ਕੰਮ ਕਰੀਏ ਚਲੋ ਹੇ ਗਾਇਸ ਅਸੀਂ ਤਾਂ ਬਹੁਤ ਵਧੀਆ ਤੂੰ ਸੁਣਾ ਟੈਟੂ ਕਿੱਦਾਂ ਲੱਗਿਆ ਅੱਛਾ ਅੱਛਾ ਪਤਾ ਤਾਂ ਸੰਸਾਰਿਆਂ ਨੂੰ ਹੀ ਤੂੰ ਐਂ ਦੱਸ ਤੈਨੂੰ ਪਿਸਤੌਲ ਵਧੀਆ ਲੱਗੀ ਉਹ ਦਿਵਾਲੀ ਆਉਂਦੀ ਪਈ ਨਾ ਅਗਲੇ ਨੇ ਤਾਂ ਪਿਸਤੌਲ ਬਣਾ ਲਈ ਚੱਲ ਓ ਓ ਓ ਹਾਂ ਅੱਛਾ ਅੱਛਾ ਹਾਂ ਚਲ ਐਜ਼ ਯੂਜੂਅਲ ਇਗਨੋਰ ਕਰਾਂਗੇ ਅਤੇ ਇੱਦਾਂ ਹੀ ਜੇ ਤੂੰ ਐਜ਼ ਯੂਜੂਅਲ ਲੋਕਾਂ ਨੂੰ ਇਗਨੋਰ ਕਰਦੀ ਹੈ ਫਾਲਤੂ ਬੋਲਣ ਵਾਲੇ ਅਤੇ ਪਾਸਟ ਤੋਂ ਤੇਰੇ ਕੀ ਕਰੇਲੇ ਪਏ ਰਹਿ ਗਏ ਉਹਨਾਂ ਘਰੇ ਵੀ ਜਿਹੜਾ ਫਰਿੱਜ 'ਚ ਚੱਕਣੇ ਭੁੱਲ ਗਈ ਤੂੰ ਇਗਨੋਰ ਕਰ ਉਹਨੂੰ ਕੀ ਲੋੜ ਉਹਦੀ ਗੱਲ ਕਰਨ ਦੀ ਜਦੋਂ ਅਗਲਾ ਨਹੀਂ ਤੇਰੀ ਗੱਲ ਕਰਦਾ ਪਿਆ ਠੀਕ ਹੈ ਉਹਨੇ ਕਿਹਾ ਤਾਂ ਮੈਂ ਟੈਟੂ ਬਣਾਉਣ ਲੱਗਿਆ ਹੁਣ ਟੈਟੂ ਤਾਂ ਵਿਖਾਉਣਾ ਸੀ ਨਾ ਮੈਂ ਬਣਾਉਣ ਲੱਗਿਆ ਉਹਦਾ ਜਿਹਨੇ ਨਾਂ ਦੇ ਪੁਆੜੇ ਪਾਏ ਇਹਨੂੰ ਵੀ ਇਹਨੂੰ ਕਿਹੜਾ ਯਾਦ ਨਹੀਂ ਆਉਂਦੀ ਆਉਂਦੀ ਹੈ ਯਾਦ ਰੌਲਾ ਇਹ ਹੈ ਕਿ ਹਿਮਾਨੀ ਦੀ ਮੰਮੀ ਨਹੀਂ ਜਾਣ ਦਿੰਦੀ ਹੁਣ ਮਿੰਕ ਕਰੇ ਇਹਦਾ ਵੀ ਜੀ ਕਰਦਾ ਜਾ ਕੇ ਭਾਂਡੇ ਮਾਂਜਾਂ ਮੈਂ ਲੈ ਹਾਂ ਅੱਛਾ ਓ ਅੱਛਾ ਚਲ ਹਾਂ ਚਲੋ ਕਰੋ ਸ਼ੁਰੂ ਕਰੋ ਹਾਂ ਤੈਨੂੰ ਮੈਂ ਕੰਮ ਦਵਾਵਾਂ ਜੇ ਤੈਨੂੰ ਚਾਹੀਦਾ ਤਾਂ ਪਰ ਤੈਨੂੰ ਉਹਦੇ ਲਈ ਕੈਨੇਡਾ ਜਾਣਾ ਪਊਗਾ ਸਨੇਹਾ ਵਾਲਾ ਕੰਮ ਸਟੂਡੀਓ ਖਾਲੀ ਪਿਆ ਜੇ ਤੂੰ ਕੰਮ ਕਰਨਾ ਚਾਹਵੇ ਉੱਥੇ ਤਾਂ ਪਰ ਰੌਲਾ ਇਹ ਉਹਨਾਂ ਨੇ ਤਾਂ ਰੋਮਾ ਨੇਲ ਵਾਲਾ ਬੋਰਡ ਲਾ ਰੱਖਿਆ ਹੋਣਾ ਤੂੰ ਕਹਿਣਾ ਵਾ ਲਾਈਟ ਨੇਲ ਲਾਉਣਾ ਫਿਰ ਤੁਹਾਡਾ ਰੌਲਾ ਪੈ ਜਾਣਾ ਉੱਤੋਂ ਤੇਰਾ ਓਹੋ ਏਂਜਲ ਤੈਨੂੰ ਮਿਲ ਜਾਣੀ ਉੱਥੇ ਓਹੋ ਟੂ ਮੱਚ ਪ੍ਰੋਬਲਮ ਨਹੀਂ ਤੂੰ ਆਪਦਾ ਹੀ ਖੋਲ ਜੇ ਤੂੰ ਇੱਥੇ ਸਟੂਡੀਓ ਖੋਲਣਾ ਫਿਰ ਅਬਰੋਡ ਪਲੈਨਸ ਕਿਉਂ ਲਿਖਿਆ ਨਹੀਂ ਕੀ ਪਤਾ ਕਹਿੰਦੇ ਮੇਰਾ ਬਾਹਰ ਦਾ ਕੋਈ ਪਲੈਨ ਨਹੀਂ ਚੱਲ ਵਿੱਚੇ ਮੰਮੀ ਥਰੈਡਿੰਗ ਕਰੇਗੀ ਹਲ ਕੀ ਗੱਲ ਓਨਲੀ ਸੋਰੀ ਚੈਨਲ ਸਬਸਕ੍ਰਾਈਬ ਕਰਨਾ ਪੈਣਾ ਕੀ ਗੱਲ ਤੂੰ ਫੈਨਸ ਵਾਲਾ ਪਾਏਂਗੀ ਜਿਹੜਾ ਹੁੰਦਾ ਸਬਸਕ੍ਰਿਪਸ਼ਨ ਲੈ ਕੇ ਵੇਖਣਾ ਪਊਗਾ ਹਿਮਾਨੀ ਦਾ ਸਟੂਡੀਓ ਕਿੱਥੇ ਆ ਦੱਸ ਲੈ ਚੈਨਲ ਸਬਸਕ੍ਰਾਈਬ ਬਿਨਾਂ ਸਬਸਕ੍ਰਾਈਬ ਕੀਤੇ ਸਾਨੂੰ ਪਤਾ ਲੱਗ ਜਾਂਦਾ ਹੈ ਹਾਂ
ਅੱਛਾ ਬੁਆਏਫ੍ਰੈਂਡ ਵਾਲਾ ਕੋਈ ਸੀਨ ਨਹੀਂ ਹੈ, ਜਿਵੇਂ ਮਯੰਕ ਦੀ ਬੈਸਟ ਫਰੈਂਡ ਹੈ, ਇਹਦਾ ਵੀ ਬੈਸਟ ਫਰੈਂਡ ਨਾਮ ਹੈ, ਉਹਦਾ ਨਾਮ ਹੈ ਸ਼ੁਰਲੂ ਪੁਰਲੂ ਹੀ ਹੈਗਾ ਕੋਈ ਪਾਪਾ ਦਾ ਪਰਾ। ਅੱਛਾ ਓ ਨਹੀਂ, ਪਿੱਛੇ ਇਹਨੇ ਵੀਡੀਓ ਪਾਈ ਸੀ, ਉਹਦੇ ਤਾਂ ਕਹਿੰਦੀ ਸੀ ਮੇਰਾ ਇੱਕ ਬੈਸਟ ਫਰੈਂਡ ਹੈਗਾ, ਹੁਣ ਕੋਈ ਵੀ ਨਹੀਂ ਹੁੰਦਾ। ਓ ਮਾਈ ਗੋਡ, ਪਿਸਤੌਲ ਐਡੀ ਜ਼ੋਰ ਦੀ ਚੁਬੀ। ਚਲੋ ਹਾਂ, ਮੈਨੂੰ ਐਂ ਕਿਉਂ ਲੱਗਦਾ ਵੀ ਇਹਨੂੰ ਟੈਨਸ਼ਨ ਪਈ ਪਈ ਹੈ ਮਯੰਕ ਨੇ ਟੈਟੂ ਬਣਾ ਲਿਆ ਹੁਣ, ਉਦੋਂ ਤਾਂ ਬੜਾ ਤੂੰ ਮੰਮੀ ਨੂੰ ਲਿਆ ਲਿਆ ਵਿਖਾਉਂਦੀ ਸੀ, ਮੰਮੀ ਆ ਵੇਖੋ ਤਿੱਤਲੀ ਚੱਕ ਤੇ ਫੱਟੇ ਲਾ ਕੇ ਮਰਿਆ ਉਹ ਪਰੇ ਗਿਆ ਸਣੇ ਪਨੀਰ, ਉਹ ਫਿਰ ਦਾ ਤਲੀ 'ਚ ਡੁੱਬਿਆ। ਤੁਹਾਨੂੰ ਲੱਗਦਾ ਪਿਆ ਤਾਂ ਮੂੰਹ ਤਾਂ ਟੈਨਸ਼ਨ ਆ, ਮਿਹਨਤ ਲੱਗਦੀ ਪਈ ਹੈ। ਅੱਜ ਕੱਲ੍ਹ ਕੋਈ ਵੀ ਨਹੀਂ ਕਿਸੇ ਦਾ ਸੱਕਾ ਹੁੰਦਾ। ਅਤੇ ਅੰਨੀ ਦੀ ਤੂੰ ਟੈਟੂ ਬਣਾਉਣ ਲੱਗੇ ਨਹੀਂ ਸੋਚਿਆ ਵੀ ਮੈਂ ਹੁਣ ਨਾ ਇਹਨੂੰ ਮਟੇਵਾਂ, ਮੈਂ ਅਸੀਂ ਰਿਲੇਸ਼ਨ ਔਖੇ ਸੌਖੇ ਜੋੜ ਲਈਏ। ਉਦੋਂ ਤਾਂ ਫੋਨ ਲਾ ਲੈਣਾ ਘਰੇ ਮੈਨੂੰ, ਲੈ ਜਾਓ ਆ ਕੇ, ਮੈਂ ਨਹੀਂ ਰਹਿ ਸਕਦੀ, ਭਿੰਡੀ ਬਣਾਈ ਮੈਨੂੰ ਮਿਲੀ ਨਹੀਂ, ਅਮਨ ਜਾ ਸਿਖਾ ਗਏ ਸਾਰੀ। ਚਲ ਅੱਛਾ, ਕੋਈ ਵੀ ਸੱਕਾ ਨਹੀਂ ਹੁੰਦਾ ਕਿਸੇ ਦਾ, ਸਹੀ ਗੱਲ, ਕੋਈ ਸੱਕਾ ਨਹੀਂ ਹੁੰਦਾ। ਅੱਜ ਕੱਲ੍ਹ ਲੋਕ ਟੈਟੂ ਮੰਡਿਆ ਹੀ ਲੈਂਦੇ ਹੈ ਨਾ, ਕਈ ਤਾਂ 15-16 ਦਿਨ, ਉਹ ਤਾਂ ਚਲੋ ਕੋਈ ਗੱਲ ਨਹੀਂ, ਉਹ ਤਾਂ ਮਜਬੂਰੀ ਹੁੰਦੀ ਹੈ। ਪਰ ਜਿਹੜੇ 10 ਮਹੀਨੇ ਬਾਅਦ ਮਟੇ ਲੈਂਦੇ, ਦਸਲ ਨਵੀਂ ਆ ਗਈ ਤੇ ਮਟੇ ਲਿਆ, ਅਗਲੀ ਨੇ ਮਟਵਾ ਤਾ, ਉਹਨੇ ਕਿਹਾ ਹੋਣਾ ਜਾਂ ਤਾਂ ਹੱਥ ਲਾ ਕੇ ਰੱਖਦੇ ਸਾਈਡ 'ਤੇ, ਟੈਟੂ ਮਟੇ ਲਿਆ, ਮੈਂ ਫਿਰ ਹੀ ਆਊਂਗੀ ਘਰੇ ਹੁਣ ਰੀਲਾਂ ਬਣਾਉਣ। ਚਲੋ ਵੈਰੀ ਡਿਸਗਸਟਿੰਗ ਟੈਟੂ। ਮੈਂ ਲੇਬਾ ਲਾਉਂਦੀ ਹਾਂ ਮੂੰਹ ਤੇ ਗਾਂ ਦੇ ਗੋਬਰ ਦਾ। ਇਹਨਾਂ ਦਾ ਕੋਈ ਸਾਡਾ ਕੋਈ ਸਕਿਨ ਕੇਅਰ ਰੂਟੀਨ ਹੈਗਾ? ਨਹੀਂ। ਹਾਂ, ਡਾਰਕ ਸਰਕਲ ਜ਼ਰੂਰ ਹੈਗੇ ਸਾਡੇ, ਕੋਈ ਸਕਿਨ ਕੇਅਰ ਰੂਟੀਨ ਨਹੀਂ ਹੁੰਦਾ। ਜੇ ਕੋਈ 200-250 ਦੀ ਐਡ ਆ ਜੇ ਕੰਪਨੀ ਕੋਈ ਕਹਿ ਦੇ ਲਿਪਸਟਿਕ ਲਾ ਕੇ ਵਿਖਾ ਦੇ, ਹਾਂ ਅੱਜ ਮੈਂ ਮੇਰੀ ਫਰੈਂਡ ਦੀ ਬਰਥਡੇ ਪਾਰਟੀ 'ਤੇ ਜਾਣਾ ਸੀ ਅਤੇ ਮੈਂ ਸੋਚਿਆ ਕਿੱਦਾਂ ਛੇਤੀ ਮੇਕਅਪ ਕਰਾਂ, ਇਹਨੂੰ ਹੀ ਮੈਂ ਮੇਕਅਪ ਦੇ ਤੌਰ 'ਤੇ ਵਰਤ ਲਿਆ ਅਤੇ ਇਹਦੇ ਨਾਲ ਹੀ ਮੈਂ ਲਿਪਸਟਿਕ ਲਾ ਲਈ। ਚੱਲ ਹਾਂ, ਬੀਫ ਕੇ ਬਰੀਫ। ਅੱਛਾ, ਮਤਲਬ ਮਯੰਕ ਨੇ ਕਰਾ ਦਿੱਤੇ ਸੀ? ਨਹੀਂ, ਪਹਿਲਾਂ ਕਰਾਈ ਸੀ ਉਸ ਤੋਂ। ਹਾਂ, ਓ ਮੇਰੇ ਕਈ ਕੁੜੀਆਂ ਮੈਨੂੰ ਨਾ ਇੱਕ ਲੋਕ ਮੈਸੇਜ ਬੋ ਕਰਦੇ ਆ, ਭਾਅ ਜੀ ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ, ਮੇਰਾ ਰਿਪਲਾਈ ਕਰੋ। ਉਹ ਯਾਰ, ਤੁਸੀਂ ਜਿਹੜੀ ਗੱਲ ਸੁਣਾਉਣੀ ਉਹ ਕਰ ਦਿਆ ਕਰੋ ਮੈਸੇਜ ਮੈਨੂੰ ਭਰਾ, ਮੇਰਾ ਮੈਂ ਆਪੇ ਪੜ੍ਹ ਲਿਆ ਕਰੂੰਗਾ। ਭਾਅ ਜੀ ਰਿਪਲਾਈ ਕਰੋਗੇ ਤਾਂ ਸੁਣੂੰਗਾ, ਰਿਪਲਾਈ ਕਰੋ ਕੀ? ਹਾਂ ਦੱਸੋ ਭਾਅ ਜੀ। ਭਾਅ ਜੀ ਮੈਂ ਪੁੱਛਣਾ ਸੀ, ਮੈਂ ਯੂਟਿਊਬ ਚੈਨਲ ਸ਼ੁਰੂ ਕਰਨਾ, ਮੈਂ ਕੀ ਕਰਾਂ? ਲੈ ਯੂਟਿਊਬ ਚੈਨਲ ਸ਼ੁਰੂ ਕਰ ਲਓ, ਮੈਂ ਕਿੱਦਾਂ ਦਾ ਕੰਟੈਂਟ ਪਾਵਾਂ? ਮੈਂ ਕਿਹਾ ਭਾਅ ਜੀ ਜਿਹੜਾ ਤੁਹਾਨੂੰ ਪਸੰਦ ਆ, ਜਿਹੜਾ ਤੁਹਾਨੂੰ ਵਧੀਆ ਲੱਗਦਾ ਨਾ ਉਹ ਪਾ ਲਓ, ਜਿਹਦੇ ਤੁਹਾਡਾ ਇੰਟਰਸਟ ਹੈ ਨਾ। ਕਹਿੰਦਾ ਮੇਰਾ ਪੋਡਕਾਸਟਾਂ ਅਤੇ ਵਲੋਗਿੰਗ 'ਚ ਇੰਟਰਸਟ ਆ। ਮੈਂ ਕਿਹਾ ਫਿਰ ਤੁਸੀਂ ਉਹ ਬਣਾਉਣੇ ਸ਼ੁਰੂ ਕਰ ਦਿਓ। ਅੱਛਾ ਅੱਛਾ ਭਾਅ ਜੀ, ਕਿੱਦਾਂ ਦਾ ਪਹਿਲਾਂ ਵਲੋਗ ਕਿੱਦਾਂ ਦਾ ਬਣਾਵਾਂ? ਮੈਂ ਕਿਹਾ ਇੰਟਰੋ ਬਣਾ ਲਾ ਨਾ ਵੀ ਤੂੰ ਐਂ ਕਰਕੇ ਮੈਂ ਵਲੋਗਿੰਗ ਸ਼ੁਰੂ ਕਰਨ ਲੱਗੇ ਜੇ। ਅੱਛਾ ਅੱਛਾ ਭਾਅ ਜੀ, ਇੰਟਰੋ 'ਚ ਕੀ ਬੋਲਾਂ? ਕੀ ਕਰਾਂ ਯਾਰ ਮੈਂ, ਠੀਕ ਹੈ ਬਾਈ ਅਸੀਂ ਸਲਾਹ ਦਿੰਦੇ ਹਾਂ ਕਿਸੇ ਨੂੰ, ਪਰ ਇਹਦਾ ਮਤਲਬ ਹੁਣ ਮੈਂ ਹੀ ਵੀਡੀਓ ਬਣਾ ਕੇ ਦਿੰਦਾ ਤੇਰੇ ਚੈਨਲ 'ਤੇ? ਨਹੀਂ ਮੈਂ ਉੱਦਾਂ ਗੱਲ ਨਹੀਂ ਕਰਦਾ, ਉਦੋਂ ਗੱਲ ਕਰਦਾ ਇਹ ਨਾ ਕਰਿਆ ਕਰੋ ਯਾਰ, ਉਹ ਤਕਲ ਸਾਰੀ ਦਿਹਾੜੀ ਯਾਰ ਨਹੀਂ ਗੱਲ ਹੁੰਦੀ ਭਰਾਵਾ, ਕੰਮ ਵੀ ਬਹੁਤ ਜ਼ਰੂਰੀ ਹੁੰਦੇ ਆ। ਮੈਂ ਵੈਸੇ ਸਾਰਿਆਂ ਨੂੰ ਪਿਆਰ ਹੀ ਹੈ, ਮੈਂ ਹਰੇਕ ਦੇ ਮੈਸੇਜ 'ਤੇ ਰਿਐਕਸ਼ਨ ਕਰਦਾ, ਰਿਐਕਟ ਕਰਦਾ। ਅੱਛਾ ਤੂੰ ਕੀ ਕਹਿੰਦੀ ਬਸ? ਹਾਂ, ਕਈ ਕੁੜੀਆਂ ਦੇ ਵਾਲ ਨਾ ਬਹੁਤ ਲੰਬੇ ਹੁੰਦੇ ਅਤੇ ਉਹ ਸਮੂਥ ਨਹੀਂ ਰਿਬੋਂਡਿੰਗ ਦੇ ਮਗਰ ਭੱਜ ਨਹੀਂ ਕਰਾਉਣੀ ਚਾਹੀਦੀ ਮੇਰੇ ਹਿਸਾਬ ਨਾਲ ਤੁਹਾਨੂੰ, ਐਵੇਂ ਕੀ ਫਾਇਦਾ ਕੈਮੀਕਲ ਲਾਈ ਜਾਂਦੇ ਵਾਲਾਂ ਦੇ ਦੱਸ, ਤੁਹਾਡੇ ਵਧੀਆ ਐਡੀ ਹੇਅਰ ਗਰੋਥ ਵਧੀਆ ਤੁਹਾਡੇ ਵਾਲ, ਕਈਆਂ ਦੇ ਮੈਂ ਵੇਖਿਆ ਕਈਆਂ ਦੇ ਵਾਲ ਨਾ ਇੱਥੇ ਤੱਕ ਹੁੰਦੇ ਕੁੜੀਆਂ ਦੇ ਵਾਲ, ਆਹ ਚੀਜ਼ 'ਤੇ
ਵੇਖੀ ਤੁਹਾਨੂੰ ਆਹ ਚੀਜ਼ ਤੇ ਇੰਨੇ ਲੰਬੇ ਹੁੰਦੇ ਆ ਤੇ ਉਹ ਸਮੂਥਨਿੰਗ ਕਰਾ ਲੈਂਦੀ ਆ, ਮਾੜੀ ਪੂੰਜੀ ਰਹਿ ਜਾਂਦੀ ਹੈ ਤੇ ਪਰ ਖਤਮ ਹੋ ਜਾਂਦੇ ਵਾਲ, ਫਿਰ ਪਛਤਾਉਂਦੀਆਂ ਹਾਏ ਮੇਰੇ ਲੰਬੇ ਵਾਲ ਹੁੰਦੇ ਸੀ ਜੇ, ਬਹੁਤ ਕੁੜੀਆਂ ਵੇਖੀਆਂ ਨੈਟ ਤੇ ਨਾ ਪੰਗੇ ਲਿਆ ਕਰੋ ਤੁਹਾਨੂੰ ਹੁੰਦਾ ਟੈਟੂ ਦੀ ਗੱਲ ਹੋਣ ਲੱਗੀ, ਖੁਸ਼ ਵੇ ਹੁੰਦੀ ਅਗਲੇ ਦਾ ਕੁਸ਼ਚਨ, ਮੈਨੂੰ ਚਾਰ ਪੰਜ ਦਿਨ ਬੜੇ ਕੁਸ਼ਚਨ ਪੁੱਛਿਆ ਜਾ ਰਿਹਾ ਸੀਗਾ, ਉਹਦੀ ਨਵੀਂ ਸਹੇਲੀ ਬਣ ਗਈ, ਮੁਬਾਰਕਾਂ ਦੇ ਦਈਏ ਤੈਨੂੰ। ਉਹਨਾਂ ਨੂੰ ਪਿਆਰ ਨਾਲ, ਤੇਰੇ ਕੋਲੇ ਵੀ ਪਿਆਰ ਹੈਗਾ ਮਾਨੀ ਮੰਡਲ ਨਾਲ, ਹਜੇ ਉਹਨਾਂ ਨੂੰ ਪਿਆਰ ਨਾਲ ਕਹਿਣਾ ਚਾਹਾਂਗੀ। ਐਂਜਲ ਤੈਨੂੰ ਰਿਪਲਾਈ ਕਰੀ ਜਾਂਦੀ ਹੈ, ਉੱਧਰ ਤੂੰ ਕਰਦੀ ਨਹੀਂ, ਇਹ ਮਿਅੰਕ ਦੇ ਪੈਰ 'ਚ ਡੁੱਬੀ ਖੜੀ। ਅੱਛਾ, ਉਹਨਾਂ ਨੂੰ ਮੈਂ ਪਿਆਰ ਨਾਲ ਗੱਲ ਕਹਿਣਾ ਚਾਹਾਂਗੀ। ਪਤਾ ਨਹੀਂ ਕਿਉਂ ਨਾ ਰਿਲੇਸ਼ਨ 'ਚ ਪਹਿਲਾਂ ਬੰਦਾ ਬੁੱਗ ਹੁੰਦਾ, ਜਦੋਂ ਟੁੱਟ ਜਾਂਦਾ ਉਦੋਂ ਬੰਦੇ ਨੂੰ ਅਕਲ ਆ ਜਾਂਦੀ, ਪਤਾ ਨਹੀਂ ਸਿਆਣਾ ਬਣਨਾ ਸ਼ੁਰੂ ਕਰ ਦਿੰਦਾ ਲੋਕਾਂ ਸਾਹਮਣੇ। ਅੱਛਾ, ਪਿਆਰ ਨਾਲ ਕਹਿਣਾ ਚਾਹਾਂਗੀ, ਉਦੋਂ ਤਾਂ ਬੜੇ ਤੋਂ ਰਿਪਲਾਈ ਕਰਦੀ ਸੀ ਕਿ ਮੈਨੂੰ ਰੋਟੀ ਨਹੀਂ ਦਿੱਤੀ ਖਾਣ ਨੂੰ, ਮੈਨੂੰ ਕਮਰੇ 'ਚ ਬੰਦ ਰੱਖਿਆ, ਹੁਣ ਤੈਨੂੰ ਪਿਆਰ ਆਉਂਦਾ ਉਹਦੇ 'ਤੇ। ਨਹੀਂ ਵਧੀਆ ਸੀ, ਕਮਰੇ 'ਚ ਬੰਦ ਰੱਖਦੇ ਸੀ, ਪਰ ਮੈਂ ਸੇਫ ਤਾਂ ਸੀ ਨਾ। ਚੱਲ ਚੁੱਪ ਰਹਿਣ ਦਾ ਰੀਜ਼ਨ ਇਹ ਸੀਗਾ ਕਿ ਮੇਰੀ ਥੋੜੇ ਦਿਨਾਂ ਤੋਂ ਤਬੀਅਤ ਕੁਝ ਖਰਾਬ ਸੀਗੀ, ਜਿਵੇਂ ਮੌਸਮ ਖਰਾਬ ਹੁੰਦਾ ਪਿਆ, ਸਾਰਿਆਂ ਦੀ ਤਬੀਅਤ ਖਰਾਬ ਹੁੰਦੀ ਪਈ ਆ, ਤੇ ਤਬੀਅਤ ਥੋੜੀ ਜਿਹੀ ਮੇਰੀ ਖਰਾਬ ਸੀ, ਬਾਕੀ ਹਾਂ ਸਾਰਿਆਂ ਨੇ ਆਪਣੀ ਲਾਈਫ ਵਿੱਚ ਮੌਸਮ ਆਪੇ ਖਰਾਬ ਹੋਣਾ, ਪਸਤੌਲਾਂ ਕਿੱਥੋਂ ਆ ਗਈਆਂ ਦੀਵਾਲੀ ਤੋਂ ਪਹਿਲਾਂ, ਉਹ ਹੋ ਗਿਆ, ਉਹਨੂੰ ਕੋਈ ਵਧੀਆ ਮੂਵ ਔਨ ਹੋਇਆ, ਬਹੁਤ ਵਧੀਆ ਗੱਲ ਆ। ਤੇ ਸਾਰਿਆਂ ਨੇ ਲਾਈਫ 'ਚ ਮੂਵ ਔਨ ਕਰਨਾ ਚਾਹੀਦਾ, ਜਿਹਦੀ ਚੰਗੀ ਭਲੀ ਚੱਲਦੀ ਉਹ ਵੀ ਮੂਵ ਔਨ ਕਰ ਲੇ, ਕੀ ਬੋਲੀ ਜਾਂਦੀ ਹੈ ਇਹ। ਲੈ ਦੱਸ, ਟੈਨਸ਼ਨ ਆ ਇਹਨੂੰ, ਦੰਦ ਘਟਦੀ ਕੱਟ ਲਾਇਆ ਇਹਨੇ, ਵੇਖੋ ਤੁਸੀਂ ਧਿਆਨ ਨਾਲ। ਗੰਦੇ ਮੈਸੇਜ ਦੇਈ ਜਾਂਦੀ ਹੈ। ਪਹਿਲੀ ਗੱਲ ਤਾਂ ਤੁਹਾਨੂੰ ਰਿਲੇਸ਼ਨ ਸਾਂਭਣਾ ਚਾਹੀਦਾ, ਰਿਲੇਸ਼ਨ ਚਲਾਉਣਾ ਆਉਣਾ ਚਾਹੀਦਾ, ਵੀ ਕਿਵੇਂ ਚਲਾਉਣਾ, ਫਿਰ ਤੁਸੀਂ ਰਿਲੇਸ਼ਨ 'ਚ ਆਓ, ਮਿਹਨਤਾਂ ਕਰੋ ਇਕੱਠੇ। ਹੁਣ ਜਦੋਂ ਘਰ ਦੇ ਪਹਿਲਾਂ ਹੀ ਤੋੜ ਦੇਣਗੇ, ਜਾਓ ਜਾ ਕੇ ਚੰਡੀਗੜ੍ਹ ਰਹੋ ਬੇਟਾ, ਪਨੀਰ ਪਨੀਰ ਖਾਓ, ਤਕਲੇਸ਼ ਪੈਣਗੀ, ਆਪਦੇ ਆਪਦੇ ਘਰੇ ਰਹੋ, ਮਿਹਨਤਾਂ ਕਰੋ ਵਧੀਆ। ਮੰਮੀ ਜੀ 45,000 ਮੇਰੀ ਹੈ, 42,000 ਉਹਦੀ ਹੈ, ਮੈਂ ਕਹਿੰਦਾ ਮਹੀਨੇ ਦਾ 80-82,000 ਰੁਪਇਆ ਆ ਗਿਆ, ਵਾਹ ਵਾਹ ਕਿਆ ਬਾਤ ਹੈ। ਨਹੀਂ ਨਹੀਂ ਮੰਮਾ, ਅਸੀਂ ਦੋਨੇ ਗੰਦ ਪਾਵਾਂਗੇ, ਫਿਰ 1.5 ਲੱਖ ਮਹੀਨਾ ਬਣੇਗਾ। ਜੇ ਕਿਤੇ 1.5 ਲੱਖ ਰੁਪਏ ਮਹੀਨਾ ਆ ਵੀ ਜਾਂਦਾ ਸੀ ਵਲੌਗਾਂ ਤੋਂ, ਅਤੇ ਥੋੜ੍ਹੇ ਜਿਹੇ ਪੈਸੇ ਮੇਰੇ ਪਰਿਵਾਰ ਨੂੰ ਦੇ ਤਾਂ ਕੀ ਪ੍ਰੋਬਲਮ ਸੀ। ਮੈਨੂੰ ਇੱਕ ਚੀਜ਼ ਨਹੀਂ ਸਮਝ ਆਈ ਹਮਾਨੀ, ਮੈਂ ਤੈਨੂੰ ਕੁਸ਼ਚਨ ਪੁੱਟ ਕਰਨਾ ਚਾਹੁੰਦਾ। ਤੇਰੀ ਭੈਣ ਮੈਨੂੰ ਨਹੀਂ ਪਤਾ ਕੀ ਕਰਦੀ ਹੈ, ਪਤਾ ਨਹੀਂ ਕਿਹੜੇ ਟਰੱਕ ਚੱਲਦੇ ਕਿਹੜੇ ਨਹੀਂ ਚੱਲਦੇ, ਕੋਈ ਕੋਈ ਜੋ ਮਰਜ਼ੀ ਜੋਬ ਕਰਦੀ, ਮੈਨੂੰ ਕੋਈ ਲੈਂਦੇ ਨਹੀਂ ਉਹਦੇ ਨਾਲ, ਹੈ ਨਾ। ਪਿਛਲੇ ਦਸੰਬਰ 'ਚ ਤੁਹਾਡੇ ਪਰਿਵਾਰ 'ਤੇ ਪ੍ਰੋਬਲਮ ਆਉਂਦੀ ਹੈ, ਜਿਹਦੇ ਕਰਕੇ ਤੈਨੂੰ ਮਿਅੰਕ ਕੋਲੋਂ ਪੈਸੇ ਮੰਗਣੇ ਪੈਂਦੇ ਆਪਦੇ ਘਰੇ ਦੇਣ ਲਈ, ਹੈ ਨਾ। ਚਲੋ ਸੁੱਖ ਦੁੱਖ ਹੁੰਦੇ ਰਹਿੰਦੇ, ਹੈ ਨਾ। ਮੈਂ ਅੱਗੇ ਵੀ ਇੱਕ ਦੋ ਵੀਡੀਓ 'ਚ ਗੱਲ ਕੀਤੀ ਹੈ, ਤਾਂ ਤੂੰ ਕਹਿੰਦੀ ਆ ਵੀ ਪਰਿਵਾਰ ਨੂੰ ਹੈਲਪ ਹੈ, ਹੈ ਨਾ। ਇੰਜਲ ਨੇ ਵੀ ਕਿਹਾ ਵੀ ਹਾਂ ਜੇ ਲੋੜ ਹੈ ਤਾਂ ਪੈਸੇ ਇੱਧਰ ਆਉਂਦੇ ਸੀ ਤਾਂ ਉੱਧਰ ਵੀ ਜਾਂਦੇ ਸੀ, ਹੈ ਨਾ। ਓਬਵੀਅਸ ਗੱਲ ਹੈ ਵੀ ਮਿਅੰਕ ਤੁਹਾਡੇ ਘਰੇ ਵੀ ਪੈਸੇ ਪਾਉਂਦਾ ਸੀ, ਤੂੰ ਜੋ ਕਮਾਉਂਦੇ ਤੁਸੀਂ ਰਲ ਕੇ, ਠੀਕ ਹੈ। ਉਦੋਂ 6 ਮਹੀਨਿਆਂ ਬਾਅਦ ਤੁਸੀਂ ਘਰ ਲੈ ਲੈਂਦੇ ਹੋ, ਪ੍ਰੋਬਲਮ ਕਿਹੜੀ ਆਈ? ਮਤਲਬ ਪਾਪਾ ਨੇ ਕੀ 25 ਲੱਖ ਜੋੜ ਕੇ ਰੱਖਿਆ ਸੀ, 25 ਥੱਲੇ ਜਾਂਦੇ ਸੀ ਤਾਂ ਤੁਸੀਂ ਪੈਸੇ ਮੰਗਦੇ ਸੀ? ਨਹੀਂ ਮਤਲਬ ਮੈਨੂੰ ਇਹ ਚੀਜ਼ ਸਮਝ ਨਹੀਂ ਆਈ, ਮਤਲਬ ਘਰ ਕਿਵੇਂ ਲੈ ਲਿਆ, ਭੈਣ ਨੇ ਇੰਨਾ ਪੈਸਾ ਜੋੜ ਰੱਖਿਆ ਸੀ। ਜੇ ਹੁਣ ਭੈਣ ਨੇ ਪੈਸੇ ਜੋੜ ਰੱਖੇ ਸੀ, ਫਿਰ ਭੈਣ ਗਲਤ ਹੋਈ ਵੀ ਘਰੇ ਇੰਨੀ ਪ੍ਰੋਬਲਮ ਆਉਂਦੀ ਵੀ ਤੂੰ ਪੈਸੇ ਦੇ ਦੇ ਘਰੇ।
ਮੈਨੂੰ ਕਹਾਣੀ ਨਹੀਂ ਸਮਝ ਆਈ ਕੀ, ਮੈਂ ਸਮਝ ਨਹੀਂ ਚਾਹਾਂਗਾ ਥੋੜ੍ਹੀ ਜੀ। ਮਤਲਬ ਓਬਵੀਅਸ ਗੱਲ ਹੋਣਾ, ਪਿਛਲੇ ਦਸੰਬਰ ਦੀ ਤਾਂ ਗੱਲ ਹੈ ਟੁੱਟੀ, ਜਦੋਂ ਉਦੋਂ 4-5-6 ਮਹੀਨਿਆਂ ਬਾਅਦ ਇਹਨਾਂ ਨੇ ਘਰ ਲੈ ਲਿਆ। ਚੱਲ 10 ਮਹੀਨਿਆਂ ਬਾਅਦ, 10 ਮਹੀਨਿਆਂ 'ਚ ਕਿੰਨਾ, 25 ਲੱਖ ਜੋੜ ਲਿਆਊਗਾ 10 ਮਹੀਨਿਆਂ 'ਚ ਇਹਨਾਂ ਨੇ। ਇਹ ਕਹਿੰਦੀ ਮੇਰੀ ਭੈਣ ਨੇ ਪੈਸੇ ਜੋੜੇ ਆ। ਫਿਰ ਭੈਣ ਗਲਤ ਹੈ ਵੀ ਘਰੇ ਪ੍ਰੋਬਲਮ ਆਈ ਹੈ ਪੈਸੇ ਦੇਵੇ, ਨਹੀਂ ਮੈਂ ਤਾਂ ਜੋੜਨੇ ਆ, ਮੇਰੀ ਗੁੱਲਕ ਲੱਗੀ ਮੈਂ ਨਹੀਂ ਖੋਲ ਸਕਦੀ, ਭਾਵੇਂ ਫਾਇਲ ਲੈ ਲਓ ਸਾਰੇ ਜਣੇ। ਮੈਨੂੰ ਸਮਝ ਨਹੀਂ ਆਈ ਪ੍ਰੋਬਲਮ ਕਿੱਥੇ ਆ ਸਕਦੀ ਹੈ। ਚਲ ਓ ਲੈਟ ਇਟ ਬੀ, ਦੋਨੇ ਐਸ ਕਰੀ ਜਾਂਦੇ ਆ, ਲੱਗਦਾ ਦੋਨੇ ਇਕੱਠੇ ਬਾਹਰ ਜਾਣਗੇ ਫਿਰ ਸਪਾਊਸ ਲਵਾ ਕੇ ਨਾਲ। ਬਣਦਾ ਕੈਨੇਡਾ ਦੇ ਵੀ ਅੰਨੀ ਦਿਆ, ਬਹੁਤ ਔਖਾ ਉੱਤੇ। ਚਲ ਮੈਂ ਜਦੋਂ ਇੰਗਲੈਂਡ ਆਉਣਾ ਸੀ ਨਾ, ਮੈਨੂੰ ਆਏ ਸੀ ਉਹ ਬਹੁਤ ਔਖੇ, ਇੱਥੇ ਤਾਂ ਬਥੇਰਾ ਕੰਮ ਹੈ, ਬਥੇਰੇ ਘਰ ਹੈਗੇ ਕੰਮ ਹੈਗਾ, ਐਂ ਨਹੀਂ ਕਹਿੰਦਾ ਮਾੜਾ ਹੈ, ਨਹੀਂ ਗਾ ਜਮਾਂ ਹੀ ਨਹੀਂ ਗਾ, ਪਰ ਹੌਲੀ ਹੌਲੀ ਮੈਨੂੰ ਪਤਾ ਖਤਮ ਹੋ ਜਾਣਾ। ਪਰ ਇਸ ਸਾਲ ਬੱਚੇ ਬਹੁਤ ਘੱਟ ਆਏ ਇੰਗਲੈਂਡ 'ਚ, ਸਪਾਊਸ ਬੰਦ ਹੋ ਗਿਆ ਨਾ, ਤਾਂ ਕਰਕੇ ਲੋਕ ਆਉਂਦੇ ਨਹੀਂ, ਕੇਅਰ ਵਰਕਰ ਵੀਜ਼ੇ ਵਾਲੇ ਵੀ ਸਪਾਊਸ ਸਪੂਸ ਬੰਦ ਕਰਤੇ ਉਹਨਾਂ ਨੇ, ਪਤਾ ਨਹੀਂ ਸਿਸਟਮ ਹੋ ਗਿਆ। ਠੱਲ ਪੈ ਗਈ ਥੋੜ੍ਹੀ ਜੀ, ਜੋ ਕਿ ਗੁੱਡ ਆ ਮੇਰੇ ਹਿਸਾਬ ਨਾਲ। ਮੈਂ ਨਹੀਂ ਚਾਹੁੰਦਾ ਕਿ ਸਾਰੇ ਤਰੱਕੀ ਨਾ ਕਰੋ, ਮੈਂ ਇਕੱਲਾ ਹੀ ਕਰ ਲਾਂ, ਗੱਲ ਕਰਦਾ ਮੈਂ ਕਿਹੜਾ ਕਿਤੇ ਕੰਮ ਕਰਨ ਜਾਂਦਾ, ਗੱਲ ਕਰਦਾ ਮਾੜਾ ਮੋਟਾ ਕਰੀਦਾ ਆਪਾਂ ਤਾਂ ਦਿਹਾੜੀ ਦਾ, ਆਪਾਂ ਫਲੱਸ਼ਾਂ ਫਲੱਸ਼ਾਂ ਸਾਫ਼ ਕਰੀ ਦੀਆਂ ਇੱਥੇ ਬਾਹਰ। ਕੋਈ ਪੁੱਛੇ ਮੈਂ ਤਾਂ ਕਹਿੰਦਾ ਕੀ ਕਰਦਾ ਫਲੱਸ਼ਾਂ ਸਾਫ਼ ਕਰਦੇ, ਆਇਆ ਇਹ ਬਹੁਤ ਗੰਦਾ ਕੰਮ ਹੈ, ਫਿਰ ਤਾਂ ਸਾਡਾ ਮੁੰਡਾ ਬੈਂਕ 'ਚ ਹੀ ਸਹੀ ਹੈ, 16,500 ਰੁਪਈਏ ਤਾਂ ਲੈਂਦਾ। ਨਹੀਂ ਫਿਲਹਾਲ ਤਾਂ ਹਜੇ ਮੈਂ ਵਿਹਲਾ ਹੀ ਹਾਂ ਘਰੇ। ਹਾਂ ਬਹੁਤ ਖੁਸ਼ ਦਿਸੀ ਜਾਂਦਾ ਤੇਰਾ ਖੁਸ਼ੀ। ਓ ਓ ਮੈਂ ਇੱਕ ਚੀਜ਼ ਵੇਖੀ ਹੈ ਅੱਜ ਦੇ ਟਾਈਮ 'ਚ, ਮੇਰਾ ਇੱਕ ਵਾਅਦਾ ਰਿਹਾ ਤੁਹਾਡੇ ਨਾਲ, ਮੈਂ ਸਾਰੇ ਜਿੰਨੀ ਜਨਤਨ, ਚਾਹੇ ਮੈਂ ਰੱਬ ਦਾ ਨਾਂ ਮੈਂ ਘੱਟ ਲੈਂਦਾ ਵਾਂ, ਪਰ ਮੈਂ ਸਾਰੇ ਰੱਬ ਦਾ ਨਾਂ ਜਪਣ ਲਾ ਦਿੰਦੇ ਹਾਂ, ਜੇ ਬਾਬੇ ਦੀ ਮਿਹਰ ਰਹੀ ਤਾਂ, ਜਾਂ ਇਹ ਕਹਿ ਲਾ ਦਿੰਦੇ ਇਹ ਵਰਗ ਚੀਜ਼ ਬੜੀ ਕਾਮਨ ਹੋ ਗਈ। ਮੈਂ ਹਰਪ੍ਰੀਤ ਵੀ ਕਹਿੰਦੀ ਰੱਬ ਦਾ ਨਾਂ ਲਓ, ਇਹ ਵੀ ਕਹਿੰਦੀ ਰੱਬ ਦਾ ਨਾਂ ਲਓ, ਦੱਸ ਲੈ ਆਹ ਭਾਵੇਂ ਕੁਛ ਨਾ ਕਰਦੀਆਂ ਹੁਣ। ਚਲੋ ਰਾਧੇ ਰਾਧੇ ਹੀ ਬੋਲਦਿਆ ਕਰੋ। ਰੌਲਾ ਪਤਾ ਕੀ ਹੈ, ਦੇਖੋ ਮੈਂ ਕੋਈ ਮਿਅੰਕ ਤੇ ਏਂਜਲ ਸ਼ਿਵਮ ਦਾ ਕੋਈ ਸਪੋਰਟਿਵ ਨਹੀਂ ਗਾ ਨਾ, ਜਿਹੜੀ ਚੀਜ਼ ਮੈਂ ਚੰਗੀ ਲੱਗਦੀ ਗੱਲ ਕਰਦਾ, ਤੇਰੇ 'ਚ ਚੰਗੀ ਚੀਜ਼ ਇਹ ਹੈ ਕਿ ਤੂੰ ਭੋਰਦੀ ਬਹੁਤ, ਮਤਲਬ ਤੁਹਾਡੇ ਹੁਣ ਤੇਰੀ ਮੰਮੀ ਦੀ ਕਿੱਡੀ ਸੋਹਣੀ ਆਪਾਂ ਕਰੀ ਦੀ ਆ ਨਾ, ਮੈਂ ਨਹੀਂ ਦੇਖੀ ਸਾਨੂੰ ਵਧੀਆ ਲੱਗਦਾ, ਪਰ ਕਾਫੀ ਲੋਕਾਂ ਨੂੰ ਪਤਾ ਇਹਨੂੰ ਪਤਾ ਕੀ ਵਹਿਮ ਹੈ, ਇਹਨੂੰ ਆਏ ਆ ਕਿ ਮੈਨੂੰ ਮਿਅੰਕ ਨੇ ਗੱਲ ਦੱਸੀ ਹੈ, ਮਿਅੰਕ ਨੂੰ ਇਹ ਵਹਿਮ ਹੈ ਕਿ ਮੈਨੂੰ ਹਿਮਾਨੀ ਨੇ ਗੱਲ ਦੱਸੀ, ਪਰ ਮੈਨੂੰ ਗੱਲ ਪਤਾ ਲੱਗੀ ਸੀ ਬਾਹਰੋਂ, ਜਿੱਥੇ ਤੁਸੀਂ ਆਹਮੋ ਸਾਹਮਣੇ ਬੈਠੇ ਸੀ ਉੱਥੋਂ ਪਤਾ ਲੱਗੀ ਸੀ ਮੈਨੂੰ, ਜੋ ਤੁਹਾਡਾ ਰੌਲਾ ਚੱਲਿਆ ਸੀਗਾ ਨਾ, ਪਰ ਮੈਨੂੰ ਐਂ ਤਾਂ ਪਤਾ ਵੀ ਲੈ ਦੇ ਕੇ ਨਿਬੜਿਆ ਸੀ, ਪਰ ਮੈਨੂੰ ਐਂ ਨਹੀਂ ਪਤਾ ਕਿੰਨਾ ਲੈ ਦੇ ਕੇ ਨਿਬੜਿਆ ਸੀ, ਇੱਕ ਸਰਟਨ ਅਮਾਊਂਟ ਨਹੀਂ ਪਤਾ ਮੈਨੂੰ, ਜੇ ਪਤਾ ਹੁੰਦੀ ਤਾਂ ਮੈਂ ਦੱਸ ਦਿੰਦਾ ਮੈਂ ਕੀ ਲੈਣਾ ਯਾਰ, ਚਲੋ ਜੋ ਨਿਬੜਿਆ ਸੀ ਨਿਬੜਿਆ, ਪਰ ਡਿਮਾਂਡ ਬਹੁਤ ਕੀਤੀ ਸੀ ਮੈਂ ਸੁਣਿਆ ਹਮਾਨੀ ਕਿਹਾ ਨੇ ਵੀ ਸਾਨੂੰ ਤਾਂ ਇੰਨੇ ਪੈਸੇ ਚਾਹੀਦੇ, ਸਾਡੀ ਕੁੜੀ ਦਾ ਫਿਊਚਰ ਖਰਾਬ ਹੋ ਗਿਆ, ਹੁਣ ਨੂੰ ਤਾਂ ਕੈਨੇਡਾ ਚੱਲ ਜਾਂਦੀ। ਚਲੋ ਅੱਛਾ, ਮਾੜਾ ਚੰਗਾ ਨਹੀਂ ਬੋਲਣਾ ਚਾਹੁੰਦੀ, ਕਿੱਡੀ ਬਦਲ ਗਈ ਵੇਖੋ, ਇੰਨੀ ਛੇਤੀ ਤਾਂ ਸਰਕਾਰ ਨੇ, ਬਾਦਲ ਸਰਕਾਰ ਨਹੀਂ ਮੁੱਕਰੀ ਕਦੇ ਇੰਨੀ ਤਾਂ ਜਿੰਨੀ ਇਹ ਮੁੱਕਰੀ ਜਾਂਦੀ ਹੈ, ਉਦੋਂ ਤੋਂ ਕਹਿੰਦੀ ਸੀ ਕਿ ਮੈਨੂੰ ਕਮਰੇ 'ਚ ਬੰਦ ਰੱਖਿਆ ਜਾਂਦਾ ਸੀ, ਰੋਟੀ ਨਹੀਂ ਖਾਣ ਨੂੰ ਮਿਲਦੀ ਸੀ, ਮੈਂ ਇੰਨਾ ਕੀਤਾ, ਇਹਦੀ ਮਿਅੰਕ ਦੀ ਮੰਮੀ ਤੇਜ਼ ਹੈ, ਉਹ ਤੇਜ਼ ਹੈ, ਕੀ ਕੁਛ ਬੋਲੀ ਹੈ ਤੁਸੀਂ, ਇਹਦੇ ਵਲੋਗ ਪਈ ਹੋਣਗੇ ਨੈੱਟ, ਸੁਣ ਕਹਿੰਦੀ ਮੈਂ ਕਿਸੇ ਬੜੇ ਮਾੜਾ ਚੰਗਾ ਨਹੀਂ ਬੋਲਣਾ ਚਾਹੁੰਦੀ, ਕਮਾਲ ਦੀ ਗੱਲ ਹੈ, ਐਡਾ ਜਲਵਾ ਮਿਅੰਕ ਦੀ ਨਵੀਂ ਸਹੇਲੀ ਦਾ, ਇਹ ਵੀ ਸੁਧਰ ਗਈ, ਨਹੀਂ ਉਹ ਵੀ ਬੰਗੀ ਹੋਣੀ ਹੈ। ਤੈਨੂੰ ਕਾਫੀ ਜਾਣੇ ਪੁੱਛੀ, ਸਾਰੇ ਕੁਸ਼ਚਨ ਤੈਨੂੰ ਮਿਅੰਕ ਦੇ ਕਿਉਂ ਆਈ ਜਾਂਦੇ ਅੱਜ, ਅੱਗੇ ਤਾਂ ਕਦੇ ਤੈਨੂੰ ਆਏ ਨੀਗੇ, ਜੇ ਆਏ ਤਾਂ ਅੱਗੇ ਕਦੇ ਤੂੰ ਐਡ ਨਹੀਂ ਕੀਤੇ,
ਹੁਣ ਟੈਟੂ ਬਣ ਗਿਆ, ਹੁਣ ਮਿਹਨਤ ਦੀ ਐਡ ਕਹਿੰਦੇ ਆ ਰਿਲੇਸ਼ਨ ਕਿਵੇਂ ਟੁੱਟਿਆ। ਰਿਲੇਸ਼ਨ ਦੇਖੋ ਤਾਂ ਟੁੱਟਿਆ, ਪਨੀਰ ਦਾ ਰੇਟ ਵੱਧ ਗਿਆ ਸੀ ਅਤੇ ਪਨੀਰ ਵਾਲੇ ਸਪੋਂਸਰ ਕਰਦੇ ਸੀਗੇ, ਕਹਿੰਦੇ ਤੁਸੀਂ ਮਿਹਨਤ ਭਾਅ ਜੀ ਐਡ ਕਰਨੀ ਹੈ ਹਮਾਨੀ ਜੀ ਨਾਲ। ਮਿਹਨਤ ਕਹਿੰਦਾ ਮੈਂ ਇਕੱਲਾ ਨੱਚਾਂਗਾ, ਹਮਾਨੀ ਨਹੀਂ ਨੱਚਣੀ ਚਾਹੀਦੀ ਪਨੀਰ ਵਾਲੀ ਵੀਡੀਓ 'ਚ। ਰੌਲਾ ਰੌਲਾ ਪਿਆ, ਹਮਾਨੀ ਨੇ ਭਿੰਡੀ ਬਣਾਈ, ਉਹ ਅਮਨ ਜੱਸ ਨਹੀਂ ਖਾ ਕੇ ਰੋਟੀ ਮਿਹਨਤ ਚੱਕ ਲੈ ਗਿਆ ਅਤੇ ਇਹ ਰੌਲਾ ਪੈ ਗਿਆ। ਇਹ ਕਹਿੰਦੀ ਮੈਂ ਹੁਣ ਕੜਾਹੀ ਚੁੰਗਲ ਮਾਰ ਕੇ ਸਾਫ਼ ਕਰਦੀ ਹਾਂ ਤਾਂ ਮੇਰਾ ਢਿੱਡ ਨਹੀਂ ਭਰਦਾ, ਐਂ ਰੌਲਾ ਰੌਲਾ ਪਿਆ ਸੀਗਾ। ਤੈਨੂੰ ਕੀ ਲੈਣ ਦੇਣ ਹੁਣ ਉਹਦੀ ਗੱਲਾਂ ਨਾਲ, ਸਾਰੇ ਉਹਦੇ ਕੁਸ਼ਚਨ ਪਾ ਰੱਖੇ ਆ। ਵੈਰੀ ਵੈਰੀ ਸੈਡ, ਹਾਂ ਤੂੰ ਹੋ ਗਈ, ਇਹਨੇ ਤਾਂ 15 ਦਿਨ ਲਾਏ। ਰੰਗ ਉੱਡੇ ਹੋਏ ਆ, ਮੂਵ ਔਨ ਕਰੋ ਆਪਣੀ ਲਾਈਫ ਦੇ ਵਿੱਚ, ਅੱਗੇ ਸੋਚੋ, ਅੱਗੇ ਸਾਰਿਆਂ ਨੂੰ ਅੱਗੇ ਵਧਣਾ ਚਾਹੀਦਾ, ਨਜ਼ਰਾਂ ਹੀ ਨਹੀਂ ਮਿਲਦੀਆਂ ਪਈਆਂ। ਮਾਨੀ ਦੇਖੀ ਦੇਖੀ ਕਿੱਡਾ ਕੁੱਤਾ ਬੰਦਾ, ਤੇ ਇਹ ਨਜ਼ਰ ਫੜਦਾ ਫਿਰਦਾ। ਅੱਛਾ, ਇਸ ਕਰਕੇ ਵਧੀਆ ਗੱਲ ਹੈ, ਮੈਨੂੰ ਸੈਡ ਫੀਲ ਨਹੀਂ ਹੋਇਆ। ਓ ਮੈਨੂੰ ਸੈਡ ਫੀਲ ਨਹੀਂ ਹੋਈ, ਆਈ ਐਮ ਹੈਪੀ। ਤੂੰ ਸ਼ਗਨ 'ਤੇ ਜਾਏਂਗੀ ਫਿਰ ਉਹਨਾਂ ਦੇ, ਜੇ ਤੈਨੂੰ ਬੁਲਾਊਗਾ ਤਾਂ? ਨਹੀਂ ਮੈਨੂੰ ਦੱਸਦੀ, ਜੇ ਤੂੰ ਜਾਏਂਗੀ ਤਾਂ ਮੈਂ ਉਹਨੂੰ ਕਹਿ ਦੂੰਗਾ ਸੱਦ ਲਈ ਯਾਰ, ਅਗਲੀ ਨੇ ਪ੍ਰੋਗਰਾਮ ਨਹੀਂ ਵੇਖਿਆ, ਕਾਫੀ ਟਾਈਮ ਹੋ ਗਿਆ। ਵੈਸੇ ਵੀ ਉਹਦਾ ਜੀ ਕਰਦਾ ਵੀ ਮੈਂ ਜਾ ਕੇ ਕੋਈ ਵਿਆਹ 'ਤੇ ਸ਼ਾਦੀ 'ਤੇ ਵਲੋਗ ਵਲੂਗ ਬਣਾਵਾਂ, ਇਹਨੂੰ ਸਵਾਦ ਹੀ ਨਹੀਂ ਲੱਗਣਾ, ਉੱਥੇ ਮਟਰ ਪਨੀਰ ਹੋਊਗਾ ਫਿਰ ਨਹੀਂ ਸਵਾਦ ਲੱਗਣਾ, ਫਿਰ ਕੰਮ ਪਨੀਰ ਪਨੀਰ ਹੀ ਹੋ ਜਾਣਾ। ਅੱਛਾ, ਮੈਂ ਕਦੇ ਇਹ ਚੀਜ਼ ਨਹੀਂ ਸੋਚੀ ਸੀ ਵੀ ਤੂੰ ਇੰਨੇ ਕੁਸ਼ਚਨ ਚੱਕ ਲੇਂਗੀ ਪਾਸਟ ਦੇ। ਨਹੀਂ ਮਹਾਮਾਨੀ, ਤੇਰਾ ਮੇਨ ਮੋਟਿਵ ਕੀ ਆ? ਹੁਣ ਤੂੰ ਆਪਦੇ ਮਿਹੰਕ ਬੁੱਗੂ ਨੂੰ ਯਾਦ ਕਰਦੀ ਫਿਰਦੀ ਆ, ਤੇਰਾ ਮੋਟਿਵ ਇਹ ਹੈ ਕਿ ਨਵੀਂ ਸਹੇਲੀ ਰੁੱਸ ਜੇ ਉਹਦੇ ਨਾਲੋਂ, ਜਾਂ ਕੋਈ ਹੋਰ ਪ੍ਰੋਬਲਮ ਆ? ਤੈਨੂੰ ਪਤਾ ਮਿਹੰਕ ਦਾ ਸ਼ਗਨ ਹੈ, ਦਸੰਬਰ ਤੋਂ ਪਹਿਲਾਂ ਪਹਿਲਾਂ ਮਿਹਨਤ ਆ ਗਿਆ ਕਾਰਡ, ਮੈਨੂੰ ਕਹਿੰਦੇ ਆ ਜੀ ਭਾਅ ਜੀ, ਮੈਂ ਕਿਹਾ ਨਹੀਂ ਯਾਰ ਮੈਂ ਥੋੜ੍ਹਾ ਜਿਹਾ ਬਾਹਰ ਹਾਂ, ਜੇ ਮੇਰਾ ਗੇੜਾ ਵੱਜਿਆ ਇੰਡੀਆ ਦਾ ਤਾਂ ਮੈਂ ਜ਼ਰੂਰ ਆਊਂਗਾ, ਤੈਨੂੰ ਪਤਾ ਵਿਆਹ ਵੀ ਹੋ ਜਾਣਾ ਇਸੇ ਸਾਲ 'ਚ ਉਹਦਾ, ਐਵੇਂ ਅੱਗ ਲਾ ਦਿਓ। ਜੇ ਤੈਨੂੰ ਰਿਗਰੈਟ ਨਹੀਂ ਸੀ ਤਾਂ ਰੋਟੀਆਂ ਪਿੱਛੇ ਕਿਉਂ ਰੋਂਦੀ ਸੀ ਫਿਰ ਉਦੋਂ ਤੂੰ? ਉਦੋਂ ਤੈਨੂੰ ਨੈੱਟ 'ਤੇ ਪਤਾ ਨਹੀਂ ਸੀ ਮੈਂ ਕੀ ਬੋਲਣਾ? ਕਮਾਲ ਦੀ ਗੱਲ ਹੈ ਵੈਸੇ, ਜਿਹੜੀ ਕਾਰ 'ਚ ਬਹਿ ਬਹਿ ਝੂਟੇ ਲੈਂਦੇ ਰਹੇ ਉਹ ਵੀ ਪਤਾ ਨਹੀਂ ਕੌਣ ਚਲਾਈ ਜਾਂਦਾ, ਉਹ ਵੀ ਵਿਕ ਗਈ। ਇੰਨਾ ਟੌਕਸੀਸਿਟੀ ਭਰ ਗਈ ਰਿਲੇਸ਼ਨ 'ਚ ਪੂਰੇ ਇਹਨਾਂ ਦੇ। ਉਹ ਕਹਿੰਦਾ ਮੈਂ ਪਿਛਲੀਆਂ ਗੱਦੀਆਂ ਨੇ ਚੇਂਜ ਕਰਾਉਣੀਆਂ, ਵੇਚ ਪਰੇ ਮੈਂ ਹੋਰ ਲੈਣੀ ਹੈ ਕਾਰ, ਮੈਂ ਨਹੀਂ ਇਹਦੇ 'ਚ ਬਹਿਣਾ। ਚੱਲ ਅੱਛਾ, ਕੋਈ ਰਿਗਰੈਟ ਨਹੀਂ ਤੈਨੂੰ? ਓ ਮਾਈ ਗਾਡ, ਸੱਜਣਾ ਹੈ ਮੁਝੇ ਸੱਜਣਾ ਕੇ ਲੀਏ। ਹਾਂ ਹਾਂ, ਅੱਛਾ ਮਤਲਬ ਜਦੋਂ ਤੇਰੇ ਘਰ ਦੇ ਤੈਨੂੰ ਤੇਰੇ ਘਰ ਲਿਆ ਆਏ, ਤੇਰਾ ਸਾਰਾ ਕਲੇਸ਼ ਜੋ ਸੀਗਾ ਉਹ ਮੁੱਕ ਗਿਆ, ਤੂੰ ਆਪਦੇ ਘਰ ਆ ਗਈ, ਅਤੇ ਫਿਰ ਤੂੰ ਆਪਦਾ ਚੈਨਲ ਸ਼ੁਰੂ ਕੀਤਾ, ਤੂੰ ਰੋਣ 'ਤੇ ਹੀ ਕਿਉਂ ਸ਼ੁਰੂ ਕੀਤਾ? ਹਾਂਜੀ ਗਾਇਸ, ਮੈਂ ਅਤੇ ਮਿਹੰਕ ਵੱਖ ਹੋ ਚੁੱਕੇ ਹਾਂ। ਕਿਹਨੇ ਪੁੱਛਿਆ ਸੀ ਵੱਖ ਹੋ ਗਏ ਕਿ ਨਹੀਂ ਹੋਏ? ਸਟੈਂਡ ਚਾਹੀਦਾ ਬੰਦੇ ਨੂੰ ਆਪਦੀ ਜ਼ਿੰਦਗੀ ਦੇ ਵਿੱਚ, ਜਿਹੜਾ ਤੁਹਾਡਾ ਕਿਸੇ ਦਾ ਹੈ ਨੀਗਾ। ਰਿਗਰੈਟ ਨਹੀਂ ਹੈਗਾ, ਉਦੋਂ ਕਹਿੰਦੀ ਸੀ ਵੱਖ ਹੋ ਚੁੱਕੇ ਹਾਂ, ਕੁਛ ਗੱਲਾਂ ਹੋਈਆਂ ਸੀ ਜਿਹੜੀਆਂ ਮੈਂ ਨਹੀਂ ਦੱਸਣੀਆਂ, ਫਿਰ ਕਹਿੰਦੀ ਕੁਛ ਬੋਲੀ ਜਾਂਦੇ ਅਤੇ ਕੁਛ ਦੇ ਮੂੰਹ ਖਲਵਾਏ ਜਾ ਰਹੇ ਆ। ਅਸੀਂ ਨਾ ਤਾਂ ਕਦੇ ਵਿਕੇ ਹਾਂ ਅਤੇ ਨਾ ਕਦੇ ਵਿਕੀਏ, ਇਹ ਸਾਲ ਪਹਿਲਾਂ ਵੀ ਭੌਂਕਿਆ ਸੀ ਗੱਲ, ਮੈਂ ਹੁਣ ਵੀ ਭੌਂਕ ਦਿੰਦਾ, ਚਾਹੇ ਲੱਖ ਲੈ ਕੇ ਕਿਉਂ ਨਾ ਖੜਾ ਹੋਵੇ ਬੇਇੱਜ਼ਤੀ ਕਰਨ ਕਿਸੇ ਦੀ। ਚਲੋ ਚੱਲ, ਹਾਂ ਮਤਲਬ ਉਹਨਾਂ ਦਾ ਤੁਹਾਡੇ ਇਲਾਵਾ ਕੋਈ ਵੀ ਦੱਸ ਦੇ ਟਾਈਮ ਦੇ ਵਿੱਚ ਕੋਈ ਕਿਸੇ ਤੇ ਯਕੀਨ ਕਰਨ ਲਾਇਕ ਨਹੀਂ ਹੈਗਾ।
ਓ ਇਹ ਇੰਨੇ ਸਿਆਣੇ ਕਿਵੇਂ ਹੋ ਗਏ ਸਾਰੇ ਯੂਟਿਊਬਰ? ਮੈਨੂੰ ਸਮਝ ਨਹੀਂ ਆਉਂਦੀ ਬਈ। ਓ ਮਾਈ ਗੋਡ। ਅੱਛਾ। ਤੇ ਤੇ ਮੈਂ ਤੈਨੂੰ ਗੱਲ ਦੱਸਾਂ, ਸਹੀ ਗੱਲ ਦੱਸਾਂ, ਤੇਰੀ ਕੋਈ ਗਲਤੀ ਨਹੀਂ, ਸਭ ਤੋਂ ਵੱਡੀ ਗਲਤੀ ਹੈ ਤੇਰੇ ਘਰਦਿਆਂ ਦੀ, ਜਿਨ੍ਹਾਂ ਨੇ ਉਹ ਕੁੜੀ ਤੋਰਤੀ ਵਿਆਹ ਤੋਂ ਪਹਿਲਾਂ ਹੀ ਬਾਹਰ। ਸੱਚੀ ਗਲਤੀ ਹੈ ਤੇਰੇ ਘਰਦਿਆਂ ਦੀ, ਬਹੁਤ ਵੱਡੀ ਗਲਤੀ ਹੈ। ਹੁਣ ਮੈਨੂੰ ਨਹੀਂ ਪਤਾ ਪੈਸੇ ਦਾ ਲਾਲਚ ਸੀ ਤੇਰੇ ਘਰਦਿਆਂ ਨੂੰ ਜਾਂ ਤੇਰੇ ਘਰਦਿਆਂ ਨੂੰ ਫੁਕਰਬਾਜ਼ੀਆਂ ਦਾ ਲਾਲਚ ਸੀਗਾ। ਲਾਲਚ ਨੂੰ ਹੀ ਭੇਜੀ ਹੋਣੀ ਹੈ ਕੋਈ, ਇਹ ਤਾਂ ਹੈ ਨਹੀਂ ਸਾਡੀ ਕੁੜੀ ਚੰਡੀਗੜ੍ਹ ਜਾ ਕੇ ਆਪਦੇ ਸੈਕਟਰ 17 'ਚ ਆਫਿਸ ਖੋਲੂਗੀ, ਚਾਰ ਨਹੀਂ ਇੱਦਾਂ ਦਾ ਕੁਝ, ਪਤਾ ਨਹੀਂ ਕੀ ਰੀਜ਼ਨ ਸੀ। ਪਰ ਤੇਰੀ ਕੋਈ ਗਲਤੀ ਨਹੀਂ, ਸਭ ਤੋਂ ਵੱਡੀ ਗਲਤੀ ਰਹੀ ਤੇਰੇ ਘਰਦਿਆਂ ਦੀ। ਬੱਚਾ ਘਰਦਿਆਂ ਦਾਇਰੇ 'ਚ ਰਹਿਣਾ ਚਾਹੀਦਾ, ਜਵਾਕ ਚਾਹੇ ਜਿੱਡਾ ਮਰਜ਼ੀ ਤੇਜ਼ ਹੋਵੇ, ਘਰ 'ਚੋਂ ਇੱਕ ਬੰਦੇ ਦੇ ਛਿੱਤਰਾਂ ਡਰ ਜ਼ਰੂਰ ਹੋਵੇ ਜਵਾਕ ਨੂੰ, ਜਾਂ ਮੰਮੀ ਤੋਂ ਡਰੇ, ਨਾ ਪਾਪੇ ਤੋਂ ਡਰੇ, ਜਾਂ ਦਾਦਾ ਦਾਦੀ ਡਰੇ, ਜਦੋਂ ਮਰਜ਼ੀ ਡਰੇ, ਪਰ ਜਵਾਕ ਨੂੰ ਡਰ ਹੋਣਾ ਚਾਹੀਦਾ। ਅਤੇ ਜਿਹੜਿਆਂ ਨਹੀਂ, ਅੱਜ ਹੀ ਰੋ ਪੈਣਗੇ, ਪਰਸੋਂ ਨੂੰ ਪਾਪਾ 16 ਪਰੋ ਲਿਆ ਕੇ ਫੜਾਉਂਦਾ, ਮਾਰਿਆ ਕਰੋ ਚਾਰ ਚੰਡਾ ਮੂੰਹ 'ਤੇ। ਨਹੀਂ ਜੀ, ਜਵਾਕ ਦਾ ਸਾਹ ਚੜ੍ਹ ਜਾਂਦਾ ਜਦੋਂ ਚਪੇੜ ਮਾਰੀ, ਐਂ ਕਰਦੇ ਆ ਫਿਰ। ਸਹੀ ਕਰੋ ਇਹਨੂੰ, ਮਸਤਾਰ ਰੱਖਿਆ ਜਵਾਕ ਲੋਕਾਂ ਨੇ। ਅੱਜ ਕੱਲ੍ਹ ਦੇ ਬੱਚੇ ਉੱਦਾਂ ਦੇ ਨਹੀਂ ਗੇ, ਪੁਰਾਣਾ ਟਾਈਮ ਹੁੰਦਾ ਸੀ, ਪੁਰਾਣੇ ਟਾਈਮ 'ਚ ਕੀ ਤੂੜੀ ਖਾਂਦੇ ਸੀ ਲੋਕ, ਇਹਨਾਂ ਨੇ ਆਪ ਹੀ ਜਵਾਕ ਵਿਗਾੜ ਰੱਖੇ ਲੋਕਾਂ ਨੇ। ਅੱਜ ਕੱਲ੍ਹ ਜ਼ਮਾਨਾ ਹੀ ਇੰਨਾ ਐਡਵਾਂਸ ਆ ਗਿਆ ਕਿ ਹਾਏ ਮੇਰੇ ਬੇਬੀ ਕੋ ਕੁਛ ਮਤ ਬੋਲੋ, ਮਰ ਜਾਊਂਗੀ ਇਸਕੇ ਬਿਨਾਂ ਤੋਂ। ਆਹੋ ਜਿੰਨਾ ਚਿਰ ਜਿਉਂਦਾ ਰਿਹਾ ਆਪਣੇ ਜਿਉਂਦੇ ਜੀ ਮਾਰ ਦੂਗਾ ਅੰਨੀ ਦਾ। ਅੱਜ 16 ਪਰੋ ਮੰਗੀ ਖੜਾ ਵਾਲੇ 7th ਕਲਾਸ 'ਚ। ਹਾਂ ਹਾਂ ਅੱਛਾ, ਮਤਲਬ ਤੁਹਾਡਾ ਬੱਚਾ ਗਲਤੀ ਕਰਦਾ ਪਿਆ, ਤੁਹਾਨੂੰ ਅਸੈਪਟ ਕਰਨਾ ਸਿੱਖੋ। ਕੱਲ ਨੂੰ ਜਵਾਕ ਕਿਸੇ ਦੀ ਕੁੜੀ ਭਜਾ ਲਿਆ, ਅਸੈਪਟ ਕਰ ਲਓ, ਹਨਾ। ਕੱਲ ਨੂੰ ਜਵਾਕ ਨੇ ਕਿਸੇ ਦੀ ਕੁੜੀ ਪ੍ਰੈਗਨੈਂਟ ਕਰ ਲਈ, ਅਸੈਪਟ ਕਰ ਲਓ। ਇਹ ਕੀ ਗੱਲ ਹੋਈ, ਛਿੱਤਰਾਂ ਦਾ ਡਰ ਹੋਣਾ ਚਾਹੀਦਾ ਕਿ ਜਵਾਕ ਇਹੋ ਜਿਹੀ ਗਲਤੀ ਕਰੇ ਹੀ ਨਾ। ਇਹ ਕੀ ਗੱਲ ਹੋਈ, ਜਵਾਕ ਗਲਤੀ ਕਰਦਾ ਅਸੈਪਟ ਕਰਨੇ ਸਿੱਖ ਲਓ। ਅਸੀਂ ਤਾਂ ਕੋਈ ਨਹੀਂ ਇਹੋ ਜਿਹੀਆਂ ਕੀਤੀਆਂ ਬੱਸ ਸਟੈਂਡ ਦੇ ਮਗਰ ਜਾਣ ਵਾਲੀਆਂ। ਸੋਰੀ, ਮੈਂ ਤੇਰੀ ਗੱਲ ਨਹੀਂ ਕਰਦਾ, ਜਿਹਨੂੰ ਵੀ ਇਹ ਬੁਰਾ ਲੱਗਦਾ, ਕਿ ਪਰਸਨਲ ਟਾਰਗੇਟ ਨਹੀਂ ਉਹਦੇ ਗੱਲ ਕਰਦਾ, ਮਤਲਬ ਆਸ਼ਕੀਆਂ ਮਾਰਨ ਵਾਲੀਆਂ। ਸਾਨੂੰ ਪਤਾ ਸੀ ਘਰੇ ਆਉਂਦੇ ਨੇ ਚਪੇੜੇ ਪੈਣਗੇ ਜਾਂ ਫੜੇ ਗਏ ਤਾਂ ਚਪੇੜੇ ਪੈਣਗੇ, ਸਾਡਾ ਤਾਂ ਮੂੰਹ ਤੋਂ ਵਿੱਚ ਨਿਕਲ ਜਾਂਦਾ ਜੇ ਸਾਡੇ ਘਰ ਦੇ ਕੁੱਟਦੇ ਸੀਗੇ। ਮੇਰੇ ਤਾਂ ਬਹੁਤ ਚਪੇੜੇ ਪਏ ਆ, ਪਰ ਪਏ ਮੇਰੇ ਪਤੰਗਾਂ ਪਿੱਛੇ ਆ। ਪਤੰਗ ਬਹੁਤ ਲੁੱਟਦਾ ਸੀ ਮੈਂ, ਲੁਟੇਰਾ ਨੰਬਰ 1 ਸੀ ਮੱਲੇ ਦਾ, ਜੋ ਸੱਚ ਆ ਉਹ ਸੱਚ ਆ। ਕੁੱਟਣਾ ਚਾਹੀਦਾ। ਹਾਂ ਅੱਛਾ, ਅੱਜ ਕੱਲ੍ਹ ਦਾ ਟਾਈਮ ਹੈ, ਤੁਹਾਨੂੰ ਲੱਗਦਾ ਵੀ ਜਵਾਕ ਸਮਝ ਜਾਂਦਾ? ਨਹੀਂ, ਬਲਕਿ ਉਹਨੂੰ ਸਮਝਾਓ, ਬੇਟਾ ਦੇਖੋ, ਮੈਂ ਅਤੇ ਤੇਰੇ ਮੰਮਾ ਦੀ ਲਵ ਮੈਰਿਜ ਨਹੀਂ ਹੋਈ, ਸਾਡੀ ਹੋਈ ਸੀ ਅਰੇਂਜ ਮੈਰਿਜ। ਪਰ ਜਿਹੜਾ ਤੁਸੀਂ ਚੰਡੀਗੜ੍ਹ ਜਾ ਕੇ ਪਨੀਰੋ ਪਨੀਰੀ ਕਰਤਾ ਨਾ ਕੰਮ, ਬੇਟਾ ਉਹਦੀ ਭੁਰਜੀ ਵੀ ਨਹੀਂ ਬਣੇਗੀ, ਸੋ ਇਹ ਕੰਮ ਗਲਤ। ਇੱਦਾਂ ਸਮਝਾਈਏ, ਚਾਹੇ ਕੁੱਟੋ ਨਾ, ਪਰ ਡਰ ਤਾਂ ਹੋਵੇ ਜਵਾਕ ਨੂੰ ਛਿੱਤਰਾਂ ਦਾ, ਜਿਹਨੂੰ ਡਰ ਹੀ ਨਹੀਂ ਜਵਾਕ ਨੂੰ, ਜਿਹਨੂੰ ਪਤਾ ਮੈਨੂੰ ਕਿਸੇ ਨੇ ਮਾਰਨਾ ਨਹੀਂ, ਕਿਸੇ ਨੇ ਕੁਛ ਕਹਿਣਾ ਨਹੀਂ, ਉਹਨਾਂ ਦਾ ਕੁਛ ਮਰਜ਼ੀ ਕਰਨਾ। ਸਕੋਰਪੀਓ ਚੱਕਣੀ ਘੁਮਾ ਦੇਣੀ ਹੈ, ਟਾਇਰ ਨੰਗੇ ਕਰ ਦਿੰਦੇ ਦੂਜੇ ਦਿਨੋਂ, ਕੀ ਫਾਇਦਾ ਉਹਦਾ। ਓ ਮਤਲਬ ਬੜੇ ਗੰਦੇ ਕੁਐਸਚਨ ਆਏ ਤੈਨੂੰ। ਮੰਮੀ ਨੂੰ ਫੋਨ ਲਾ ਦੋ ਤੇ ਮੰਮੀ ਆ ਕੇ ਲੈ ਜੂਗੀ। ਹਾਂ ਮਤਲਬ ਭਾਂਡੇ ਮਾਂਜਣ ਆਈਆਂ ਚੱਲੀ ਜਾਏਗੀ ਤੂੰ, ਕੀ ਪੜ੍ਹੀ ਹੁਣ ਤੱਕ ਤੂੰ? ਅੱਛਾ ਹਮਾਨੀ, ਹੁਣ ਤੱਕ ਤੂੰ ਕੀ ਪੜ੍ਹ ਗਈ? ਪਾਲ ਪੋ। ਮੈਨੂੰ ਐਂ ਲੱਗਦਾ ਵੀ ਦੁਨੀਆਦਾਰੀ ਨਾ ਸਾਰੀ ਲਾਲਚੀ ਹੈ,
ਕਈਆਂ ਗੱਲਾਂ ਨੂੰ ਇਹ ਗੱਲ ਵਧੀਆ ਨਹੀਂ ਲੱਗਣੀ, ਕਈ ਲੋਕਾਂ ਨੂੰ ਇਹ ਗੱਲ ਵਧੀਆ ਨਹੀਂ ਲੱਗਣੀ, ਪਰ ਹੈ। ਹੁਣ ਆਪਣੇ ਮਾਪੇ ਆਪਾਂ ਨੂੰ ਪੜ੍ਹਾਉਂਦੇ ਆ, ਘਰਦਿਆਂ ਨੂੰ ਐਂ ਵਧੀਆ ਜੋਬ ਜੂਬ ਕਰੇ, ਕਈ ਘਰਦਿਆਂ ਨੂੰ ਐਂ ਹੁੰਦਾ ਵੀ ਚੱਲ ਤੂੰ ਜੋ ਕਮਾਏਗਾ ਤੂੰ ਆਪਦੇ ਕੋਲੇ ਰੱਖ, ਕਈ ਘਰਦਿਆਂ ਨੂੰ ਐਂ ਦੇ ਨਹੀਂ ਕਮਾਉਣਾ ਹੁਣ ਘਰੇ ਭੇਜਿਆ ਕਰ। ਹੁਣ ਜਿਹੜੇ ਤੁਹਾਨੂੰ ਲੱਗਦਾ ਬਾਹਰ ਪ੍ਰਦੇਸ਼ਾਂ 'ਚ ਜਵਾਕ ਬੈਠੇ ਆ, ਜਿੰਨੇ ਜਿੰਨੀ ਜਨਤਾ ਬੈਠੀ ਹੈ, ਮਾਪਿਆਂ ਨੇ ਚਲੋ ਪੈਸੇ ਲਾ ਕੇ ਘੱਲੇ, ਜੇ ਮਾਪਿਆਂ ਨੂੰ ਹੋਵੇ ਜਵਾਕ ਖੁਸ਼ ਰਹੇ, ਬਸ ਅਸੀਂ ਨਹੀਂ ਪੈਸੇ ਦਾ ਪੁੱਛਦੇ। ਕਈ ਘਰਦੇ ਕਹਿੰਦੇ ਆ ਪੈਸੇ ਭੇਜ, ਇੱਕ ਬੰਦੇ ਦੀ ਵੀਡੀਓ ਵੇਖੀ ਸੀ, ਕਹਿੰਦਾ 800 ਪਾਊਂਡ ਹੈ, ਇਹ ਬਾਹਰੋਂ ਆਏ ਆ ਕਿਤੋਂ, ਪਾਕਿਸਤਾਨ ਦੀ ਵੀਡੀਓ ਸੀ, ਅਤੇ ਕਹਿੰਦਾ ਪਤਾ ਨਹੀਂ ਇੰਡੀਆ ਦੇ ਪਾਕਿਸਤਾਨੀ ਰੁਪਏ 'ਚ, ਪਾਕਿਸਤਾਨੀ ਜ਼ਿਆਦਾ ਨਾ, ਕਹਿੰਦਾ ਇੰਨੇ ਬਣ ਗਏ ਪੈਸੇ ਇਹ, ਅਤੇ ਕਹਿੰਦਾ ਜਿੰਨਾ ਚਿਰ ਆਈ ਜਾਂਦੇ ਉਨਾ ਚਿਰ ਜਵਾਕ ਬਾਹਰ ਬੈਠਾ, ਜਵਾਕ ਨਾਲ ਪੂਰਾ ਮੋਹ ਪਿਆਰਾ, ਜਿੱਦੇ ਖੜ ਗਏ ਨਾ ਕਹਿੰਦਾ ਉਹਦੇ ਪਿਆਰ ਘੱਟ ਜੂਗਾ। ਮੈਂ ਸਾਰੇ ਟੱਬਰਾਂ ਦੀ ਗੱਲ ਨਹੀਂ ਕਰਦਾ, ਕਈ ਟੱਬਰਾਂ 'ਚ ਹੁੰਦਾ ਇੱਦਾਂ ਵੀ ਬੱਚਾ ਪੈਸੇ ਭੇਜੇ ਘਰ, ਘਰਦਿਆਂ ਨੇ ਕੀ ਕਰਨਾ, ਪਾਪਾ ਨੇ ਕਿਹੜਾ ਪਾਰਟੀਆਂ ਕਰਨ ਜਾਣੀਆਂ, ਬਸ ਕਈ ਮੰਮੀਆਂ ਨੂੰ ਕਈ ਪਾਪਿਆਂ ਨੂੰ ਹੋ ਜਾਂਦਾ ਇੱਦਾਂ, ਪਾਪਿਆਂ ਨੂੰ ਘੱਟ ਹੁੰਦਾ, ਕਈ ਮੰਮੀਆਂ ਨੂੰ ਜ਼ਿਆਦਾ ਹੁੰਦਾ ਪੈਸਾ ਭੇਜੇ ਸਾਡਾ ਜਵਾਕ, ਕਈ ਟੱਬਰਾਂ 'ਚ ਹੁੰਦੀਆਂ ਚੀਜ਼ਾਂ ਇਹ, ਵੈਰੀ ਪ੍ਰੋਬਲਮ ਕ੍ਰੀਏਟ ਕਰ ਦਿੰਦੀਆਂ। ਚਲੋ ਹਮਾਨੀ ਤਾਂ ਕੋਈ ਵੀ ਉਮੀਦ ਨਹੀਂ ਇਹਨਾਂ ਨੂੰ, ਹਮਾਨੀ ਆਪਦੇ ਲਈ ਕਮਾ ਕੇ ਆਪ ਰੀਲਾਂ ਪਾਲੇ ਬਹੁਤ ਹੈ, ਇਹਨਾਂ ਦੇ ਟੱਬਰ 'ਚ ਇਹ ਜਿੰਨਾ ਕਮਾਇਆ ਡਾ ਹੀ ਦਿਓ, ਅਸੀਂ ਐਡ ਕਰਨ ਗਏ ਮੇਰਾ ਫੈਸ਼ਨ ਦੀ, ਉੱਥੇ ਡਾ ਜਾਂਦਾ, ਰਿਸ਼ਤੇਦਾਰ ਬਣਾਇਆ ਜਾਂਦੇ, ਨਾਲੇ ਥਾਲੀਆਂ ਖਾ ਕੇ ਡਾ ਜਾਂਦਾ। ਹਾਂ ਫੋਰ ਐਗਜ਼ਾਮਪਲ ਹਮਾਨੀ, ਸਭ ਤੋਂ ਵੱਡੀ ਚੀਜ਼ ਲੋਕਾਂ 'ਚ ਅਜੇ ਮਾਰਦੀ, ਮੈਂ ਨਹੀਂ ਕਿਸੇ ਦੀ ਗੱਲ ਲੱਤੀ, ਨਾ ਨਾ ਨਾ, ਤੂੰ ਕਿਵੇਂ ਬੋਲ ਪਿਆ, ਮੈਨੂੰ ਕਦੇ ਕਿਸੇ ਨੇ ਕੁਛ ਕਿਹਾ ਹੀ ਨਹੀਂ, ਮੈਨੂੰ ਕਦੇ ਕਿਸੇ ਨੇ ਕੁਛ ਹੱਥ ਨਹੀਂ ਲਾਇਆ, ਮੈਨੂੰ ਕਦੇ ਕਿਸੇ ਨੇ ਐਂ ਬੋਲਿਆ ਨਹੀਂ, ਤੂੰ ਕਿਵੇਂ ਬੋਲ ਗਿਆ। ਇਹ ਜਿਹੜੀ ਮੈਂ ਨਾ ਇਹੀ ਬੰਦੇ ਨੂੰ ਮਾਰ ਦਿੰਦੀ ਹੈ, ਜੇ ਤੁਸੀਂ ਰਿਲੇਸ਼ਨ 'ਚ ਸੈਕਰੀਫਾਈਸ ਕਰਨਾ ਸਿੱਖ ਗਏ, ਤੁਹਾਡੀਆਂ ਗਲਤੀਆਂ ਕਿਹਨੂੰ ਪਤਾ ਲੱਗਣੀਆਂ, ਤੁਹਾਡੀ ਜਨਾਨੀ ਦੀ ਗਲਤੀਆਂ ਕਿਹਨੂੰ ਪਤਾ ਲੱਗਣੀਆਂ, ਤੁਹਾਡੇ ਸਵਾ ਕਿਸੇ ਨੂੰ ਨਹੀਂ ਪਤਾ, ਕੌਣ ਯਾਦ ਕਰੀ ਜਾਂਦਾ, ਮਾਨੀ ਬੁਲਾ ਕੇ ਨਹੀਂ ਆਇਆ ਤੇਰਾ ਤਾਂ, ਹੈ ਨਾ। ਜੇ ਤੁਸੀਂ ਇਹ ਚੀਜ਼ਾਂ ਸਹਿਣੀਆਂ ਸਿੱਖੇ, ਮੇਰੇ ਹਿਸਾਬ ਨਾਲ ਰਿਲੇਸ਼ਨ ਕਾਮਯਾਬ ਹੋ ਜਾਂਦੇ, ਅਤੇ ਜੇ ਨਹੀਂ ਫਿਰ ਕੋਈ ਚੱਕਰ ਨਹੀਂ, ਫਿਰ ਚੱਕ ਲਓ ਡਾਂਗਾਂ ਦੇ, ਧਰੀ ਤੁਰੀ ਜਾਓ ਕੰਮ ਹੈ। ਇਹ ਸਿਆਣੇ ਸਿਆਣੇ ਮੈਸੇਜ ਕਿਵੇਂ ਦੇਈ ਜਾਂਦੀ ਹੈ, ਆਪਦੇ ਮਿਅੰਕ ਨੂੰ ਚੱਕ ਰੱਖਿਆ ਨੇ, ਆਪਦਾ ਰਿਲੇਸ਼ਨਸ਼ਿਪ ਚੱਕ ਰੱਖਿਆ, ਅਤੇ ਸਿਆਣੇ ਸਿਆਣੇ ਮੈਸੇਜ ਦਿੰਦੀ ਫਿਰਦੀ ਹੈ, ਇਹਨੂੰ ਐਂ ਨਹੀਂ ਪਤਾ ਸਾਲ ਪਹਿਲਾਂ ਮੈਂ ਕੀ ਬੋਲਿਆ ਸੀ। ਚੱਲ ਯੈਸ, ਮੈਂ ਗਰੰਟੀ ਲੈ ਸਕਦਾ ਇਹਦੀ, ਬੰਦੇ ਨੂੰ ਅਕਲ ਆ ਜਾਂਦੀ ਹੈ। ਅੱਛਾ ਓ, ਤੈਨੂੰ ਪਤਾ ਜਦੋਂ ਰਿਲੇਸ਼ਨਸ਼ਿਪ ਵਾਲੇ ਸਵਾਲ ਕੀਤੇ ਤੂੰ ਵਿੱਚ ਪਾ ਹੀ ਨਾ, ਤੈਨੂੰ ਬਗਾਨੇ ਦੇ ਰਿਲੇਸ਼ਨਸ਼ਿਪ ਤੋਂ ਕੀ ਲੈਣ ਦੇਣ, ਅਗਲੇ ਨੇ ਟੈਟੂ ਮਟੇਲੇ, ਅਗਲੇ ਨੇ ਨਵਾਂ ਰਿਲੇਸ਼ਨਸ਼ਿਪ, ਤੂੰ ਅੰਬ ਲੈਣੇ ਉਹਦੇ ਕੋਲੋਂ, ਤੂੰ ਆਪਦੀ ਜ਼ਿੰਦਗੀ ਜਿਉਂ, ਫਿਰ ਇਹਨੂੰ ਪਤਾ ਵਿਊ ਨਹੀਂ ਆਉਂਦੇ, ਹੁਣ ਮੈਂ ਉਹਦੇ ਬਾਰੇ ਬੋਲੂੰਗੀ ਫਿਰ ਆਉਣਗੇ, ਜਾਂ ਉਹਨਾਂ ਹੀ ਤੜਾਵਾਂਗੀ। ਹਾਂ ਤੂੰ ਨਾ ਚੱਕਣਾ ਫਿਰ, ਅਸੀਂ ਤਾਂ ਹੋਏ ਨੀ, ਮੈਰਿਡ ਲਾਈਫ ਕਹਿ ਸਕਦੀ ਆ, ਬਟ ਮੈਟਰ ਕਰਦਾ ਇਹ ਕਿ ਜਿਹੜਾ ਪਰਸਨ ਤੁਸੀਂ ਚੂਜ਼ ਕੀਤਾ ਆਪਣੀ ਲਾਈਫ ਵਿੱਚ, ਕਿ ਉਹ ਤੁਹਾਡੀ ਲਾਈਫ ਵਿੱਚ ਉਹਦਾ ਕੀ ਹੈਗਾ, ਰੋਲ ਨੂੰ ਕੀ, ਉਸ ਬੰਦੇ ਦਾ ਮੈਟਰ ਕਰਦਾ ਕਿ ਉਹ ਤੁਹਾਨੂੰ ਕਿਵੇਂ ਟ੍ਰੀਟ ਕਰਦਾ ਪਿਆ। ਅੱਛਾ ਤੂੰ ਕੁਛ ਮਰਜ਼ੀ ਕੁੱਤੇ ਭਕਾਈ ਮਾਰਦੀ, ਭਾਵੇਂ ਤੈਨੂੰ ਐਂ ਹੋਵੇ ਵੀ ਉਹ ਕਿਵੇਂ ਟ੍ਰੀਟ ਕਰਦਾ ਪਿਆ, ਹੈ ਨਾ, ਉਹ ਪਨੀਰ ਲਿਆਉਂਦਾ ਪਿਆ ਮੇਰੀ ਮੰਮੀ ਪਾਪਾ ਵਾਸਤੇ, ਕਿ ਨਹੀਂ ਨਾਰ ਕੱਟ ਕੇ ਦਿੰਦਾ ਪਿਆ, ਕਿ ਨਹੀਂ, ਮਤਲਬ ਕਿ ਹਮਾਨੀ ਤੈਨੂੰ ਕਦੇ ਰਿਗਰੈਟ ਨਹੀਂ ਹੁੰਦਾ ਵੀ ਕਿੱਡੀ ਬੇਹਜਾਈ ਕਰਾਈ ਅਸੀਂ ਤਾਂ ਉਹਨਾਂ ਨੇ ਨੈੱਟ 'ਤੇ, ਇੱਕ ਪਨੀਰ ਪਿੱਛੇ ਹੀ ਰੋਲਾ ਪਾ ਲਿਆ, ਦਸ ਰੋਟੀਆਂ ਪਿੱਛੇ ਹੀ ਰੋ ਪਏ ਅਸੀਂ। ਅੱਛਾ ਚਲੋ ਸੁਣੋ ਸਿਆਣੀ ਦੇ ਮੈਸੇਜ ਸੁਣੋ ਇਹਦੇ, ਹਾਂ
ਹੁੰਦੀ ਕਿ ਪੈਸਾ ਹੀ ਦੇਖੋ, ਗੱਲਾਂ ਇੱਥੇ ਵੀ ਆਉਂਦੀਆਂ ਨੇ ਕਿ ਅਗਰ ਤੁਹਾਡਾ ਕੋਈ ਡ੍ਰੀਮ ਹੈਗਾ ਜਾਂ ਤੁਸੀਂ ਕੋਈ ਚੀਜ਼ ਸੋਚਦੇ ਪਏ ਹੋ, ਤੁਸੀਂ ਇੱਦਾਂ ਕਰਨਾ ਆਪਣੀ ਲਾਈਫ ਵਿੱਚ, ਤੁਸੀਂ ਇੱਦਾਂ ਕਰਨਾ ਆਪਣੀ ਲਾਈਫ ਵਿੱਚ, ਤੇ ਅਗਲਾ ਬੰਦਾ ਆਪਣੀ ਲਾਈਫ ਦਾ ਸੋਚਦਾ ਪਿਆ, ਤੁਸੀਂ ਨਹੀਂ ਸੋਚਦੇ ਪਏ। ਤੇ ਮਤਲਬ ਇਹੀ ਕਹਿਣਾ ਚਾਹਾਂਗੀ ਮੈਂ ਕਿ ਹਮੇਸ਼ਾ ਇੱਦਾਂ ਦਾ ਪਰਸਨ ਚੂਜ਼ ਕਰੋ ਜਿਹੜਾ ਤੁਹਾਨੂੰ ਤੁਹਾਡੇ ਡ੍ਰੀਮਸ ਵਾਸਤੇ ਇਨਕਰੇਜ ਕਰੇ। ਅੱਛਾ, ਇੱਦਾਂ ਦਾ ਪਰਸਨ ਕਿਵੇਂ ਚੂਜ਼ ਹੋਊਗਾ? ਉਹਦੇ ਨਾਲ ਮੋਹਾਲੀ ਜਾ ਕੇ ਰਹਿਣਾ ਪਊਗਾ ਪਹਿਲਾਂ? ਮਤਲਬ ਰੌਲਾ ਇਹ ਸੀਗਾ ਕਿ ਮਹਿਮਾਨੀ ਕਹਿੰਦੀ ਮੈਂ ਨੇਲ ਐਕਸਟੈਂਸ਼ਨਾਂ ਦਾ ਕੋਰਸ ਕਰਨਾ, ਮੈਂ ਕਹਿੰਦਾ ਮੈਂ ਨਹੀਂ ਕਰਨ ਦੇਣਾ, ਹੈ ਨਾ। ਮੈਂ ਜਿੰਮ ਚਲਾ ਜਾਂਦਾ ਸੀਗਾ ਅਮਨ ਜਸ ਨਾਲ, ਅਤੇ ਬਾਹਰੋਂ ਤਾਲਾ ਲਾ ਜਾਂਦਾ ਸੀ, ਫਿਰ ਹਮਾਨੀ ਨੂੰ ਦਿੱਕਤ ਆਉਂਦੀ ਸੀਗੀ ਬਾਹਰ। ਹਮਾਨੀ ਬੱਕੀ ਵਾਸ਼ਰੂਮ ਬਾਹਰ ਬਣਿਆ ਹੋਇਆ ਸੀ ਫਲੈਟ ਦੇ, ਤੈਨੂੰ ਕਿਵੇਂ ਪ੍ਰੋਬਲਮ ਆਉਂਦੀ? ਤੂੰ ਕਿੱਥੇ ਜਾਣਾ ਸੀ, ਕਿਸੇ ਲੈ ਜਾਣਾ ਸੀ? ਐਂ ਤਾਂ ਮੈਂ ਵੀ ਹੁਣ ਜਿੰਦਾ ਲਾ ਕੇ ਚੱਲ ਜਾਂਦਾ, ਕੱਲ੍ਹ ਨੂੰ ਮੇਰੇ ਅੱਡੇ ਉੱਠ ਕੇ ਬੋਲਣ ਲੱਗ ਗਈ ਫਿਰ ਵੈਸਾ ਕਲੇਸ਼ ਪੈ ਜੂਗਾ ਨੈੱਟ 'ਤੇ। ਚਲੋ, ਕਿ ਵਿਸ਼ਵਾਸ ਨਹੀਂ ਹੁੰਦਾ ਤਾਂ ਹੁੰਦਾ ਇਹ। ਮੈਂ ਉਦੋਂ ਜਦੋਂ ਇੱਧਰ ਰਮਾਂਚਿਕ ਪ੍ਰੋਗਰਾਮ ਪਾਇਆ ਸੀ, ਮੈਨੂੰ ਬਥੇਰੀਆਂ ਭੈਣਾਂ ਦਾ ਕਮੈਂਟ ਆਇਆ, ਕਹਿੰਦੇ ਵੀਰੇ ਅਸੀਂ ਕਈ ਵਾਰੀ ਸੁੱਤੀਆਂ ਪਈਆਂ ਹੁੰਦੀਆਂ ਜਾਂ ਘਰ ਦੇ ਕੰਮ ਕਰਦੇ ਨੇ, ਘਰ ਉਦਾਂ ਹੀ ਆਖ ਦਿੰਦੇ ਮੈਂ ਕਿੱਥੇ ਜਾਣਾ, ਤੂੰ ਬਾਹਰੋਂ ਤਾਲਾ ਲਾ ਕੇ ਚੱਲ ਜਾ, ਆ ਕੇ ਤੂੰ ਗੇਟ ਖੋਲ ਲਈ 5 ਮਿੰਟਾਂ 'ਤੇ ਆ ਜਾਏਗਾ, ਉਹੀ ਹਿਸਾਬ ਇੱਧਰ। ਪਰ ਮਾਨੀ ਨੇ ਤਾਂ ਨਹੀਂ ਨਹੀਂ ਮਿੰਕੂ ਤਾਂ 1.5 ਘੰਟਾ ਜਿੰਮ ਲਾਉਂਦੇ, 1.5 ਘੰਟਾ ਮੈਂ ਘਰ ਦੇ ਅੰਦਰ ਬੰਦ ਰਹਿੰਦੀ ਹਾਂ, ਤੂੰ ਉਦੋਂ ਮੰਮੀ ਨੂੰ ਫੋਨ ਲਾ ਲਾ ਆਪਦੀ ਨੂੰ। ਹੁਣ ਮੈਂ ਕਹਿੰਦਾ ਮੈਰਿਡ ਲਾਈਫ ਬੈਸਟ ਹੈ, ਇਹਦਾ ਮਤਲਬ ਮੈਂ ਹੈਪੀ ਹਾਂ। ਜਿੱਦਾਂ ਮੈਂ ਕਹਿੰਦਾ ਨਾ ਨਾ ਭਰਾਵਾ, ਸਿੰਗਲ ਰਹੋ, ਵਧੀਆ ਐਸ਼ ਪ੍ਰਸਤੀ ਕਰੋ, ਰੋਟੀਆਂ ਬਣੀਆਂ ਬਣਾਈਆਂ ਮਿਲ ਜਾਂਦੀਆਂ, ਹੋਰ ਅੰਬ ਚਾਹੀਦੇ ਹੈ, ਦੱਸ ਲੈ ਨਾ ਭਾਂਡੇ ਮਾਂਜਣ ਵਾਲਾ ਨਾ ਕੁਛ। ਆਹ ਕਦੇ ਕਦੇ ਕੰਮ ਕਰਾ ਦੇਈਦੇ, ਸ਼ਿਵ ਵਾਂਗੂ ਗੰਢੇ ਗੁੰਡੇ ਚੀਰ ਲਈਦੇ ਆ, ਇਣਕਾਂ ਲਾ ਕੇ, ਬਹੁਤ ਕੌੜਾ ਗੰਢਾ ਆਉਂਦਾ ਇੱਥੇ। ਓ ਮਾਈ ਗੋਡ, ਕਿਉਂ ਨਹੀਂ ਕਹਿੰਦੀ ਦੱਸ? ਕੌਣ ਬੋਲਦਾ ਪਿਆ ਤੇ ਕੌਣ ਨਹੀਂ ਬੋਲਦਾ ਪਿਆ, ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਮੈਂ ਕੋਈ ਵਲੌਗ ਦੇਖਾਂ। ਹੁਣ ਤਨਿਸ਼ ਨੇ ਵੀ ਹਾਂ ਸਟਾਰਟ ਕੀਤੇ ਨੇ ਬਣਾਉਣੇ, ਅੱਛਾ ਮੈਂ ਉਹਦੇ ਵੀ ਨਹੀਂ ਦੇਖਦੀ ਕਿਉਂਕਿ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ। ਮੈਂ ਆਪਣੇ ਵੀ ਐਡਿਟ ਕਰਕੇ ਪੋਸਟ ਕਰਕੇ ਬਸ ਪੋਸਟ ਕਰ ਹੀ ਦਿੰਨੀ ਆ। ਮੈਨੂੰ ਨਾ ਬਾਅਦ ਚੋਂ ਵੀ ਚੈੱਕ ਨਹੀਂ ਕਰਦੀ ਕਿ ਕੁਝ ਗਲਤ ਤੇ ਨਹੀਂ ਹੋਇਆ, ਕਿਤੇ ਸਾਊਂਡ ਅੱਗੇ ਪਿੱਛੇ ਤੇ ਨਹੀਂ ਹੋ ਗਈ, ਕਿਉਂਕਿ ਮੇਰੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ। ਬਾਕੀ ਜਿਵੇਂ ਤੁਸੀਂ ਕਹਿ ਰਹੇ ਹੋ, ਮਤਲਬ ਗਰਾਲ ਬਾ ਵਾਂਗੂ ਕਰਦੀ ਕੰਮ ਤੂੰ, ਅਗਰ ਮੈਨੂੰ ਇਸ ਚੀਜ਼ ਦਾ ਪਤਾ ਵੀ ਹੁੰਦਾ ਕਿ ਮੈਨੂੰ ਕਿਉਂ ਨਹੀਂ ਕਹਿੰਦੀ ਗਲਤ ਬੋਲਦਾ ਪਿਆ, ਤੇ ਮੈਂ ਤਾਂ ਵੀ ਅੱਗੋਂ ਕੁਝ ਨਹੀਂ ਬੋਲਦੀ, ਕਿਉਂਕਿ ਠੀਕ ਹੈ ਅਗਲਿਆਂ ਦਾ ਆਪਣਾ ਪੁਆਇੰਟ ਆਫ View ਹੈ ਮੈਨੂੰ ਲੈ ਕੇ ਕਿ ਮੈਂ ਕਿੱਦਾਂ ਕਿੱਦਾਂ ਹਾਂ ਕਿੱਦਾਂ ਨਹੀਂ। ਮਤਲਬ ਤੂੰ ਏਂਜਲ ਦੀ ਗੱਲ ਕਰਨਾ ਚਾਹੁੰਦੀ ਹੈ ਇੱਥੇ ਕਿ ਮੇਰੀ ਗੱਲ? ਏਂਜਲ ਨੇ ਵੀ ਰਿਪਲਾਈ ਕੀਤਾ, ਯਾਰ ਏਂਜਲ ਭਾਬੀ ਸੌਰੀ ਯਾਰ, ਕੀ ਕਰੀਏ, ਬਹੁਤ ਬਿਜੀ ਸਕੈਜੂਅਲ ਚੱਲ ਰਿਹਾ ਸੀ, ਤੁਹਾਡੀ ਸਬਜ਼ੀ ਟੇਸਟ ਕਰਨ ਦਾ ਟਾਈਮ ਨਹੀਂ ਲੱਗਿਆ। ਚਲੋ ਹੁਣ ਕਰਾਂਗੇ, ਕੋਈ ਗੱਲ ਨਹੀਂ। ਹਾਂ, ਅੱਗੇ ਵੀ ਪੇਰੈਂਟਸ ਦੀ ਮਰਜ਼ੀ ਨਾਲ ਹੀ ਹੋਈ ਸੀ ਮੋਹਾਲੀ ਵਾਲੀ, ਅੱਗੇ ਕਿਹੜਾ ਤੇਰੇ ਘਰਦਿਆਂ ਨੇ ਆਖਿਆ ਸੀ ਨਹੀਂ ਜਾ? ਮੈਨੂੰ ਤਾਂ ਇੱਕੋ ਚੀਜ਼ ਦਾ ਸੁੱਖ ਆਉਂਦਾ ਭਰਾਵਾ, ਸ਼ੁਕਰ ਆ ਮਿੰਕੂ ਕੇਕ ਕਟਾਣਾ ਦੇ ਡੈਡੀ ਸੁੱਤਾ ਰਹਿ ਗਿਆ, ਕਾਸ਼ ਉਹਦੇ ਡੈਡੀ ਦੀ ਨੀਂਦ ਖਰਾਬ ਹੋਈ ਦੀ, ਡੈਡੀ ਨੂੰ ਕਿੰਨਾ ਰਿਗਰੈਟ ਹੋਣਾ ਸੀ ਇਹਦੇ ਨੂੰ, ਡੈਡੀ ਸੁੱਤਾ ਹੀ ਪਿਆ ਘਰੇ, ਕਮਾਲ ਦੀ ਗੱਲ ਹੈ ਯਾਰ, ਜਵਾਈ ਆ ਬੰਦਾ, ਉੱਠਣ ਦਾ ਟਾਈਮ ਵੀ ਨਹੀਂ, ਉਹ ਵੀ ਸਾਹਮਣੇ ਸੁੱਤਾ ਪਿਆ ਬੰਦਾ, ਇੱਥੇ ਕੇਕ ਕੱਟੀ ਇੱਥੇ ਸਾਹਮਣੇ ਸੁੱਤਾ ਪਿਆ, ਦੱਸ ਲਾ ਐਂ ਵੇਖੀ ਜਾਂਦਾ ਉਹ, ਮਾਵਾਂ ਧੀਆਂ ਸੱਦ ਲੈਂਦੀਆਂ ਪਾਗਲ ਕਿਤੇ। ਗਲਤ ਗੱਲ ਹੈ ਯਾਰ, ਕੀ ਹੋਇਆ ਪਿਆ ਅੱਜ ਕੱਲ੍ਹ ਦੇ ਰਿਲੇਸ਼ਨਾਂ 'ਚ, ਘਰੇ ਆਈ ਜਾਓ ਜਾਈ ਜਾਓ, ਕੋਈ ਪੜ੍ਹਦਾ ਹੀ ਨਹੀਂ ਰਹਿ ਗਿਆ ਹੈ ਨਾ ਜ਼ਿੰਦਗੀ 'ਚ, ਜੇ ਪੜ੍ਹਦਾ ਹੋਵੇ ਤਾਂ ਜ਼ਿਆਦਾ ਵਧੀਆ। ਇੱਕ ਕੁੜੀ ਦੀ ਵੀਡੀਓ ਵੇਖੀ ਸੀ, ਕਹਿੰਦੀ ਮੇਰੀ ਭੈਣ ਦਾ ਰਿਸ਼ਤਾ ਹੋਇਆ, ਸਾਡੇ ਘਰ ਇਸੇ ਗੱਲ ਕਿੱਥੇ ਕਲੇਸ਼ ਰਹਿ ਗਿਆ ਵੀ ਮੁੰਡੇ ਨਾਲ ਗੱਲ ਹੀ ਨਹੀਂ ਕਰਨ ਦਿੱਤੀ ਮੇਰੇ ਘਰਦਿਆਂ ਨੇ, ਫਿਰ ਲੋਕਾਂ ਨੂੰ ਵਹਿਮ ਪੈ ਜਾਂਦਾ ਕਿਤੇ ਹੋਰ ਕਿਤੇ ਕੁੜੀ ਨਾ ਕਰਦੀ ਹੋਵੇ ਕਿਤੇ।
ਅੜਕੜਾ ਕੇ ਨਾ ਬੋਲਦੀ ਹੋਵੇ, ਮਤਲਬ ਹੁੰਦਾ ਪਹਿਲਾਂ ਵਧੀਆ ਸੀ ਯਾਰ, ਦੇਖਾ ਦਿਖਾਈ ਵੀ ਨਹੀਂ ਹੁੰਦੀ ਸੀ, ਸਿੱਧਾ ਲਾਂ ਵਾਲੇ ਦਿਨ ਵੇਖਦੇ ਸੀ ਇੱਕ ਦੂਜੇ ਨੂੰ, ਹੈਂ ਦਿਸ ਇਜ਼ ਮਾਈ ਵਾਈਫ, ਓ ਮਾਈ ਗਾਡ, ਯਾਰ ਵਿਆਹ ਵੀ ਕਰਾਉਣਾ ਪੈਣਾ ਤੇਰੇ ਨਾਲ, ਚੱਲ ਕੋਈ ਨਾ। ਹੁਣ ਲੈ ਕੇ ਆਊਗੀ ਹੀ? ਨਹੀਂ ਜੀ, ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦੀ, ਮੈਂ ਹਾਂ ਇਹ ਚੀਜ਼ ਦੱਸ ਚੁੱਕੀ ਹਾਂ ਕਿ ਸਭ ਦੀ ਆਪਣੀ ਆਪਣੀ ਲਾਈਫ ਹੈ, ਸਭ ਨੇ ਆਪਣੀ ਆਪਣੀ ਲਾਈਫ ਵਿੱਚ ਅੱਗੇ ਵਧਣਾ, ਮੂਵ ਔਨ ਕਰਨਾ, ਆਪਣੀ ਅੱਗੇ ਦੀ ਲਾਈਫ ਸੈੱਟ ਕਰਨੀ ਆ। ਤੇ ਤੈਨੂੰ ਮੈਸੇਜ ਪੜਨ ਲੱਗੀ ਨੂੰ ਟੈਨਸ਼ਨ ਕਾਹਤੋਂ ਹੁੰਦੀ ਪਈ ਹੈ ਫਿਰ? ਤੂੰ ਸਿੱਧਾ ਕਹਿ ਦੇ ਮੇਰੇ ਕੋਲ ਲੈਣ ਦੇਣ ਨਹੀਂ, ਗੱਲ ਖਤਮ, ਲੈ ਅਗਲੇ ਦੀ ਲਾਈਫ ਹੈ, ਮੇਰੀ ਲਾਈਫ ਹੈ, ਟੈਨਸ਼ਨ ਕਿਉਂ ਲਈ ਇੰਨੀ ਇੰਨੀ ਮੈਸੇਜ ਪੜਦੀ ਪੜਦੀ ਹੈ, ਫੈਟ ਕਰਨ ਨੂੰ ਕੀ ਜੱਜ ਲੱਗੀ ਵੀ ਹੈ। ਵਧੀਆ ਗੱਲ। ਚੱਲ ਸ਼ਰਮਾ, ਸੋਰੀ ਖੁਰਾਨਾ, ਹਮਾਨੀ ਅਰੋੜਾ। ਅੱਛਾ ਖੁਰਾਨਾ, ਇਹ ਕੀ ਹਿਸਾਬ ਹੁੰਦਾ, ਅਰੋੜਾ ਵੀ ਲਾ ਲੈਂਦੇ, ਖੁਰਾਨਾ ਵੀ ਲਾ ਲੈਂਦੇ, ਮਗਰ ਹੁਣ ਅਸੀਂ ਜਿਵੇਂ ਛਿੰਬਿਆਂ 'ਚ ਆਉਣੇ, ਮੈਂ ਰਿੰਪਲ ਛਿੰਬਾ ਲਾ ਸਕਦਾ? ਨਹੀਂ, ਅਮਨਜੋਤ ਸਿੰਘ ਲੱਗਦਾ ਮੇਰਾ ਨਾਮ ਮਗਰ। ਚਲੋ ਸ਼ਰਮਾ ਵਾਲੀ ਮਿਸਟੇਕ ਹੋ ਗਈ ਮੇਰੇ ਕੋਲ। ਹਾਂ, ਨੈਕਸਟ ਕੁਐਸਚਨ। ਅੱਛਾ, ਫਿਊਚਰ ਪਲਾਨਸ ਕੀ ਹਨ? ਫਿਊਚਰ ਪਲਾਨਸ ਦੇਖੋ, ਫਿਊਚਰ ਪਲਾਨਸ ਉਹ ਡਿਸਕਲੋਜ਼ ਨਹੀਂ ਕਰਾਂਗੀ। ਹਾਂ ਜੀ, ਤਾਂ ਮੋਮੋ ਹੀ ਖਾਣੇ ਰੇੜੀਆਂ ਤੇ ਖੜ ਕੇ। ਮੇਰੇ ਫਿਊਚਰ ਦੇ ਉਹ ਓ ਮੈਂ ਪੂਰੇ ਕਰ ਲਵਾਂਗੀ, ਹਾਂ, ਜਾਂ ਮੇਰੇ ਜੋ ਡ੍ਰੀਮਸ ਨੇ ਮੈਂ ਉਹਨਾਂ ਤੱਕ ਪਹੁੰਚ ਜਾਵਾਂਗੀ, ਫਿਰ ਤੁਹਾਨੂੰ ਆਪੇ ਪਤਾ ਲੱਗਣਗੇ। ਹਾਂ, ਇਹ ਸੋਚ ਹੈ ਕਿ ਤੁਸੀਂ ਤੁਹਾਨੂੰ ਲੱਗਦਾ ਸੱਚੀ ਸਿਆਣੇ ਹੋਈ ਜਾਂਦੇ ਆ, ਨਹੀਂ ਚਾਹੇ ਮੇਰੇ ਕੋਲੋਂ ਸਿੱਖ ਕੇ ਨਾ ਹੁੰਦੇ ਹੁਣ, ਕਿਤੇ ਮਰਜ਼ੀ ਹੋਈ ਜਾਂਦੇ, ਮੈਂ ਥੋੜ੍ਹੀ ਕਹਿੰਦਾ ਮੈਂ ਹੀ ਸਿਖਾਇਆ ਸਾਰੇ ਇਹ। ਚਲੋ ਵਧੀਆ ਗੱਲ ਹੈ, ਤੁਹਾਨੂੰ ਜ਼ਿੰਦਗੀ 'ਚ ਕਦੇ ਕਿਸੇ ਚੀਜ਼ ਦਾ ਰੌਲਾ ਨਹੀਂ ਪਾਉਣਾ ਚਾਹੀਦਾ, ਜਿੰਨਾ ਟਕੇ ਰਹਿ ਲਉਂਗੇ ਉਨਾ ਹੀ ਵਧੀਆ ਰਹੋਗੇ। ਮੈਂ ਅਗਰ ਦੱਸਿਆ ਸੀ ਕਿਸੇ ਨੂੰ ਮੈਂ ਇੰਗਲੈਂਡ ਆਉਣਾ? ਨਾ 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 ਨਾ, ਸਿੱਧਾ ਸਟੇਟਸ ਪਾਇਆ ਆ ਕੇ, ਪੂਰਾ ਮੁੰਡਾ ਜੱਟ ਲਹਿਰੀ, ਇਹ ਪਿੱਗਟ ਦੇ ਸਨੈਰੀ, ਮੇਰਾ ਕੋਈ ਫਿਊਚਰ ਪਲਾਨ ਨਹੀਂ ਸੀਗਾ। ਪਰ ਹਾਂ, ਮੈਂ ਤਾਂ ਕਹਿੰਦਾ ਅੱਜ ਦਾ ਟਾਈਮ ਐਡਾ ਗੰਦਾ, ਜਦੋਂ ਪੂਰੀ ਹੋ ਜਾਵੇ ਉਦੋਂ ਵੀ ਨਾ ਦੱਸੋ, ਬੰਦੇ ਨੇ ਕਾਰ ਲੈ ਲਈ ਉਦੋਂ ਰੌਲਾ ਪਾਉਂਦਾ, ਅਗਲੇ ਨੂੰ ਸਕ੍ਰੈਚ ਪਏ ਪਏ ਹੁੰਦੇ ਆ, ਚੁੱਪ ਕਰਕੇ ਜ਼ਿੰਦਗੀ ਟਕ, ਚੁੱਪ ਕਰਕੇ ਟਾਈਮ ਟਪਾਓ, ਕੀ ਲੈਣਾ ਕਿਸੇ ਤੋਂ, ਪੈਸਾ ਪੂਸਾ ਜੋੜੋ ਚੰਗਾ, ਵੀ ਤੁਹਾਨੂੰ ਕਿਤੇ ਤਕਲੀਫ ਆਵੇ ਤੁਸੀਂ ਐਂ ਗੁੱਟੀ ਕੱਢ ਖੜੇ ਹੋਵੋ, ਫਿਰ ਆਖਣਗੇ ਕੀ ਕਰਨਾ, ਜੋੜ ਕੇ ਇੱਥੇ ਧਰਿਆ ਰਹਿ ਜਾਂਦਾ। ਯਾਰ ਦੁਨੀਆਂ 'ਚ ਨਾ ਐਗਜ਼ਾਮਪਲਾਂ ਬਹੁਤ ਗਲਤ ਗੱਲ ਹੈ, ਜੇ ਨਾ ਹੋਇਆ ਆਪ ਧਰੇ ਰਹਿ ਜਾਓਗੇ। ਗੁੱਲੂ ਜੈਸਾ, ਹਾਂ ਚਲੋ। ਅੱਛਾ, ਹੁਣ ਹਮਾਨੀ ਦਾ ਆਪਾਂ ਆਂਸਰ ਸੁਣਦੇ ਹਾਂ, ਵੀ ਇਹਦਾ ਲਾਈਫ ਪਾਰਟਨਰ ਕਿੱਦਾਂ ਦਾ ਹੋਣਾ ਚਾਹੀਦਾ, ਕੀ ਇਹਨੂੰ ਸਪੈਸ਼ਲਿਟੀ ਚਾਹੀਦੀ ਹੈ ਬੰਦੇ ਦੇ ਵਿੱਚ? ਪਹਿਲੀ ਗੱਲ ਤਾਂ ਪਨੀਰ ਨਾ। ਅੱਛਾ ਅੱਛਾ, ਉਹ ਨਹੀਂ ਕਰਦਾ ਸੀ, ਹਾਂ ਕੀ ਸਮਝੇ ਤੁਹਾਨੂੰ, ਕੀ ਤੁਹਾਨੂੰ ਵੱਤ ਆਉਂਦਾ ਕਿ ਤੁਸੀਂ ਦੱਸ ਨਹੀਂ ਸਕਦੇ ਮੈਨੂੰ ਵੱਤ ਆਉਂਦਾ ਪਿਆ, ਕੀ ਮਤਲਬ ਕਿੱਦਾਂ ਸਮਝਣ ਵਾਲਾ ਹੋਣਾ ਚਾਹੀਦਾ, ਤੁਹਾਨੂੰ ਪ੍ਰੋਬਲਮ ਕਿੱਥੇ ਆਉਂਦੀ ਪਈ ਹੈ, ਤੂੰ ਉਹ ਦੱਸ, ਸਾਨੂੰ ਸਮਝਣ ਵਾਲਾ ਹੋਣਾ ਚਾਹੀਦਾ। ਅੱਛਾ, ਤੁਹਾਡੇ ਟੱਬਰ ਨੂੰ ਸਮਝੀ ਜਾਵੇ, ਤੁਸੀਂ ਕਿਸੇ ਦੇ ਟੱਬਰ ਨੂੰ ਟੱਬਰ ਨਾ ਸਮਝਿਓ। ਹਾਂ, ਚਲੋ ਬਸ, ਨੈਕਸਟ ਹੈਗਾ, ਤੈਨੂੰ ਕੀ ਲੋੜ ਪਈ ਆ ਮੈਂ ਕਿਤੀਆਂ ਗੱਲਾਂ ਚੱਕਣ ਦੀ ਯਾਰ, ਇਹ ਤਾਂ ਬਹੁਤ ਬੋਂਗੀ ਹੈ, ਇਹਨੂੰ ਤਾਂ ਹੁਣ ਵਿਊ ਚਾਹੀਦੇ। ਸਹੀ ਦੱਸਾਂ ਮੈਂ, ਤੁਹਾਡਾ ਐਕਸ, ਐਕਸ ਦਾ ਮਤਲਬ ਜਿਹੜਾ ਛੱਡ ਗਿਆ, ਰਾਈਟ ਆ,
ਮੈਨੂੰ ਨਹੀਂ ਪਤਾ ਹੁੰਦਾ ਸੀ ਪਹਿਲਾਂ, ਮੈਂ ਕਿਹਾ ਪਤਾ ਨਹੀਂ ਐਕਸ ਵਾਈ ਜ਼ੈਡ ਕੀ ਕਰਦੇ ਰਹਿੰਦੇ ਇਹ, ਹੋਰ ਹੀ ਫੋਮ ਜੀ ਖੇਡਦੇ ਰਹਿੰਦੇ ਏ ਬੀ ਸੀ ਵਾਲੀ। ਅੱਛਾ, ਡਿਜ਼ਰਵ ਨਹੀਂ ਕਰਦਾ ਸੀ ਮੈਂ ਕਿਹਾ ਤੁਹਾਨੂੰ ਵਿਦ ਯੂ ਡਿਜ਼ਰਵ ਬੈਟਰ। ਕੀ ਹਮਾਨੀ, ਕੀ ਜੇਈ ਲੱਗੀ ਹੋਈ ਆ, ਕੀ ਡਿਜ਼ਰਵ ਬੈਟਰ ਦੱਸ ਲੈ। ਐਂ ਤਾਂ ਕੱਲ੍ਹ ਮੈਂ ਕਿਹਾ ਕਰ ਸਕਦਾ ਯਾਰ ਤੂੰ ਡਿਜ਼ਰਵ ਬੈਟਰ ਕਰਦਾ ਸੀ, ਪਰ ਕਿੱਧਰ ਦਿਵਿਆਰ ਕੀ ਚੱਕ ਲਿਆ ਪੋਲੀ ਜੀ। ਕਾਜਲ, ਕਾਜਲ ਹੀ ਨਾਮ ਉਹਦਾ, ਹਮਾਨੀ ਕਾਜਲ ਨਾਮ ਉਹਦਾ ਮੈਂ ਸੁਣਿਆ। ਹਾਂ ਗੌਰ ਕਰਾਂਗੀ, ਧਿਆਨ ਨਾਲ ਵੇਖ ਕੇ ਲੈ ਕੇ ਆਵਾਂਗੀ ਜਿਹੜਾ ਬੂਟ ਵਧੀਆ ਪਾਉਂਦਾ ਹੋਵੇ। ਇਹ ਕੀ ਗੱਲ ਹੈ, ਗੌਰ ਕਰਾਂਗੀ। ਇਹਦਾ ਸਾਫ ਪਤਾ ਲੱਗੀ ਜਾਂਦਾ ਰੰਗ ਉੱਡਿਆ ਪਿਆ ਹੁਣ, ਬੁੰਦਲੀ ਪਈ ਹੈ ਇਹਦਾ, ਕਿ ਲੈਣ ਦੇਣ ਨਹੀਂ ਸੀ ਇਹਦਾ, ਤੁੱਕ ਹੀ ਨਹੀਂ ਪਾਉਂਦਾ ਸੀ। ਹੁਣ ਮੈਂ ਕੁਐਸਚਨ ਆਂਸਰ ਬਣਾਵਾਂ ਪਾਸਟ 'ਤੇ, ਪਹਿਲਾਂ ਮੈਨੇ ਪਾ ਦਿੱਤਾ ਕਿਉਂਕਿ ਕੁਐਸਚਨ ਆਂਸਰ ਪਾਸਟ 'ਤੇ ਦੱਸ। ਹੁਣ ਮੈਂ ਕਹਿੰਦਾ ਟੈਟੂ ਬਣਾਉਣਾ, ਉਹਨੇ ਤਾਂ ਵਿਖਾਉਣਾ ਹੀ ਹੈ ਵੀ ਹਮਾਨੀ ਮਟੇਨ ਲੱਗਿਆ, ਇਹ ਥੋੜ੍ਹੀ ਵੀ ਹੁਣ ਇੱਥੇ ਇੰਜਲ ਲਿਖਿਆ ਹੋਵੇ ਅਤੇ ਵਿਖਾ ਗਾਇਸ ਟੈਟੂ ਮਟੇਨ ਆਇਆ, ਇਹ ਨਹੀਂ ਇਹ ਸੀਗਾ ਮਟੇ ਲਿਆ ਲੈ। ਸੋ ਬਾਏ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ, ਇੰਸਟਾ ਸਨੈਪਚੈਟ 'ਤੇ ਮੈਨੂੰ ਫੋਲੋ ਕਰ ਲਿਓ। ਬਾਕੀ ਹਮਾਨੀ ਤੇਰੇ ਰੰਗ ਉੱਡੇ ਉੱਡੇ ਪਏ ਹੈ। ਓ ਮਾਈ ਗੋਡ, ਛੋਟਾ ਜਿਹਾ 10 ਕੁ ਕੁਸ਼ਚਨ ਹੋਣੇ ਆ ਕਿਊ ਐਨ ਏ 'ਚ, ਹੈ ਨਾ, ਉਹਦੇ 'ਚੋਂ 7 ਤਾਂ ਮਿਅੰਕ 'ਤੇ ਹੀ ਸੀਗੇ। ਨਵੀਂ ਸਹੇਲੀ ਦੀ ਗੱਲ ਨਹੀਂ ਕੀਤੀ ਮਿਅੰਕ ਦੀ, ਚੱਲ ਕੋਈ ਗੱਲ ਨਹੀਂ, ਕਰ ਲਾਂਗੇ ਫਿਰ ਕਦੇ ਕਿਸੇ ਦਿਨ ਟਾਈਮ ਲੱਗਿਆ ਤਾਂ। ਬਾਕੀ ਵਧੀਆ ਕੀ ਇਹਦੇ ਸੀਗਾ, ਛੁਣਕਣੂ ਸੀਗਾ, ਵਧੀਆ ਲੱਗਿਆ। ਸੋ ਬਾਏ, ਸਬਸਕ੍ਰਾਈਬ ਕਰ ਦਿਓ ਤੁਸੀਂ ਵੀ ਆਪਣੇ ਚੈਨਲ ਨੂੰ, ਅਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਮੈਂ ਵੀ ਕੋਈ ਇੱਕ ਅੱਧਾ ਕਮੈਂਟ ਪੜ੍ਹਨੇ ਭੁੱਲ ਹੀ ਜਾਂਦੇ ਯਾਰ, ਕਮੈਂਟ ਪੜ੍ਹਿਆ ਕਰਾਂਗੇ, ਹੁਣ ਮੈਂ ਕਮੈਂਟ ਪਾਏ ਸੀ ਮੇਰੇ ਕੋਲ, ਚੱਕੇ ਭੁੱਲ ਗਿਆ ਮੈਂ। ਸੋ ਬਾਏ, ਸਬਸਕ੍ਰਾਈਬ ਕਰਦੇ ਚੈਨਲ ਨੂੰ ਯਾਰ, ਇੰਸਟਾ ਸਨੈਪਚੈਟ 'ਤੇ ਮੈਨੂੰ ਫੋਲੋ ਕਰ ਲਿਓ। ਬਾਏ, ਵੈਰੀ ਵੈਰੀ ਨਾਈਸ।